ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਆਪ ਸਭਨਾਂ ਦਾ ਨਿੱਘਾ ਸਵਾਗਤ ਔਰ ਦੋਸਤੋ ਸਭ ਤੋਂ ਪਹਿਲਾਂ ਜਿਹੜੀਆਂ ਖਬਰਾਂ ਨੂੰ ਵਿਚਾਰ ਚਰਚਾ ਦਾ ਵਿਸ਼ਾ ਬਣਾਵਾਂਗਾ ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕਰਾਂਗਾ ਸੰਖੇਪ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਨਾਲ ਉਹ ਸਾਂਝੀਆਂ ਕਰਾਂ ਏਅਰ ਕੈਨੇਡਾ ਨੇ ਭਾਰਤੀ ਫਲਾਈਟਾਂ ਤੇ ਲੱਗੀ ਪਾਬੰਦੀ 22 ਜੂਨ ਤੱਕ ਵਧਾਈ ਕੈਲਗਰੀ ਵਿੱਚੋਂ ਅਲਬਰਟਾ ਸੂਬੇ ਦੀ ਅੱਜ ਤੱਕ ਦੀ ਸਭ ਤੋਂ ਵੱਡੀ ਡਰੱਗ ਖੇਪ ਬਰਾਮਦ ਵੈਨਕੂਵਰ ਨੇੜਲੇ ਸ਼ਹਿਰ ਬਰਨਵੀ ਵਿੱਚ ਚੱਲੀ ਗੋਲੀ ਇੱਕ ਪੰਜਾਬੀ ਗੱਬਰੂ ਹਲਾਕ ਦੋ ਜ਼ਖਮੀ ਕਰੋਨਾ ਕਾਰਨ ਅਨਾਥ ਹੋਏ ਬੱਚਿਆਂ ਦਾ ਖਰਚ ਚੁੱਕੇਗੀ ਕੇਜਰੀਵਾਲ ਸਰਕਾਰ ਸ਼ਹੀਦੇ ਆਦਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਬੈ ਸੰਧੂ ਦਾ ਕਰੋਨਾ ਨਾਲ ਹੋਇਆ ਦਿਹਾਂਤ ਬਰਨਾਲਾ ਸਿਹਤ ਵਿਭਾਗ ਦੀ ਨਲਾਇਕੀ ਡੈੱਡ ਬਾਡੀ ਬੈੱਡ ਤੇ ਮਰੀਜ਼ ਫਰਸ਼ ਤੇ ਨਵਜੋਤ ਸਿੱਧੂ ਤੇ ਵੱਡੀ ਕਾਰਵਾਈ ਦੀ ਤਿਆਰੀ ਅਤੇ ਦਿੱਲੀ ਮੋਰਚੇ ਤੋਂ ਪਰਤੇ ਇੱਕ ਹੋਰ ਕਿਸਾਨ ਦੀ ਗਈ ਜਾਨ ਦੋਸਤੋ ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗਾ ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਵੀ ਕਰਾਂਗੇ ਤੇ ਟਿੱਪਣੀਆਂ ਵੀ ਕਰਾਂਗੇ ਇਹਦੇ ਤੋਂ ਪਹਿਲਾਂ ਕਿ ਇਹ ਸਾਰੀਆਂ ਖਬਰਾਂ ਵੱਲੋਂ ਰੁਕ ਰਹੀਏ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਜਿੱਥੇ ਤੁਹਾਡੇ ਲਈ ਸਾਡਾ ਇਹ ਰੋਜ਼ਾਨਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਉਹਦੇ ਨਾਲ ਹੀ ਵਿਨਕੂਬਰ ਦੇ ਸਮੇਂ ਦੇ ਮੁਤਾਬਕ ਸਵੇਰ ਦੇ 7 ਵਜੇ ਅਤੇ ਪੰਜਾਬ ਦੇ ਸਮੇਂ ਦੇ ਮੁਤਾਬਕ ਸ਼ਾਮ ਦੇ 7:30 ਵਜੇ 라이 ਪ੍ਰੋਗਰਾਮ ਪੰਜਾਬ ਬੋਲ ਦਾ ਪੇਸ਼ ਕੀਤਾ ਜਾਂਦਾ ਹੈ ਉਹਦੇ ਵਿੱਚ ਤੁਸੀਂ ਸ਼ਾਮਲ ਹੋ ਸਕਦੇ ਹੋ ਆਪਣੇ ਟਿੱਪਣੀਆਂ ਆਪਣੇ ਕਮੈਂਟ ਕਰ ਸਕਦੇ ਹੋ ਅਤੇ ਤੁਹਾਡਾ ਸਵਾਗਤ ਅਤੇ ਤੁਹਾਡਾ ਇੰਤਜ਼ਾਰ ਸਾਨੂੰ ਹਮੇਸ਼ਾ ਹੀ ਰਹਿੰਦਾ ਹੈ ਸੋ ਆਓ ਹੁਣ ਖਬਰਾਂ ਵੱਲ ਨੂੰ ਵਧੀਏ ਦੁਨੀਆ ਭਰ ਦੇ ਮੁਲਕਾਂ ਨੇ ਕੋਵਿਡ-19 ਤੋਂ ਪ੍ਰਭਾਵਿਤ ਜਿਹੜਾ ਜਿਹੜਾ ਮੁਲਕ ਹੁੰਦਾ ਗਿਆ ਪਾਬੰਦੀਆਂ ਲਾਉਂਦੇ ਵੀ ਗਏ ਪਾਬੰਦੀਆਂ ਚੁੱਕਦੇ ਵੀ ਗਏ ਇਹਨਾਂ ਪਾਬੰਦੀਆਂ ਨੂੰ ਵੀ ਅਸੀਂ ਬੀਤੇ ਵਰੇ 2020 ਮਾਰਚ ਮਹੀਨੇ ਦੇ ਆਖਰੀ ਹਫਤੇ ਤੋਂ ਕੈਨੇਡਾ ਅਮਰੀਕਾ ਦੀ ਸਰਹੱਦ ਵੀ ਬੰਦ ਪਈ ਹੈ ਸਿਰਫ ਜ਼ਰੂਰੀ ਵਸਤਾ ਭਾ ਵਪਾਰ ਚੱਲ ਰਿਹਾ ਹੈ ਜਿਹੜੇ ਲੋਕ ਇਧਰ ਉਧਰ ਸਾਇਰਸ ਪਾਟੇ ਵਾਲੇ ਆਉਂਦੇ ਸੀ ਖਰੀਦੋ ਫਰੋਖਤ ਵਾਲੇ ਸੀ ਉਹ ਸਭ ਕੁਝ ਬੰਦ ਕੀਤਾ ਹੋਇਆ ਹੈ ਲੱਗਦਾ ਹੁੰਦਾ ਕਿ ਅਗਲੇ ਮਹੀਨੇ ਪਾਬੰਦੀਆਂ ਖੁੱਲਣਗੀਆਂ ਅਗਲੇ ਮਹੀਨੇ ਪਾਬੰਦੀਆਂ ਖੁੱਲਣਗੀਆਂ ਪਰ ਅਮਰੀਕਾ ਵਾਲੇ ਪਾਸੋਂ ਇੱਕ ਤਾਂ ਖਬਰ ਚੰਗੀ ਆ ਰਹੀ ਹੈ ਜਿਹੜੇ ਲੋਕਾਂ ਨੇ ਆਪਣੇ ਦੋਵੇਂ ਟੀਕੇ ਭਾਵੇਂ ਦੋਵੇਂ ਡੋਜ਼ਸ ਲੈ ਲਈਆਂ ਨੇ ਉਹਨਾਂ ਨੂੰ ਆਖ ਦਿੱਤਾ ਗਿਆ ਕਿ ਤੁਸੀਂ ਕੋਈ ਵਾਸਕ ਨਹੀਂ ਪਾਉਣਾ ਤੁਹਾਨੂੰ ਸੋਸ਼ਲ ਡਿਸਟੈਂਸਿੰਗ ਦਾ ਵੀ ਖਿਆਲ ਰੱਖਣ ਦੀ ਜ਼ਰੂਰਤ ਨਹੀਂ ਕਹਿਣ ਦਾ ਭਾਵ ਅਮਰੀਕਾ ਵੱਡੇ ਪੱਧਰ ਤੇ ਟੀਕਾਕਰਣ ਕਰ ਰਿਹਾ ਹੈ ਪਰ ਸਾਡੇ ਵਾਲੇ ਪਾਸੇ ਹਾਲੇ ਵੀ ਕੁਝ ਲੋਕ ਨੇ ਜਿਹੜੇ ਟੀਕੇ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ ਸਵਾਲ ਹੋਣ ਵੀ ਕਿਉਂ ਨਾ ਕਿਉਂਕਿ ਸਰਕਾਰਾਂ ਹਾਲੇ ਤੱਕ ਵਿਸ਼ਵਾਸ ਬਹਾਲੀ ਕਿਸੇ ਵੀ ਕੰਮ ਦੇ ਵਿੱਚ ਕਰ ਨਹੀਂ ਸਕੀਆਂ ਨਲਾਇਕੀ ਸਰਕਾਰਾਂ ਦੀ ਲੋਕਾਂ ਤੱਕ ਆਪਣਾ ਸੁਨੇਹਾ ਪਹੁੰਚਾ ਨਹੀਂ ਸਕੀਆਂ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰ ਨਹੀਂ ਸਕੀਆਂ ਕਰਦੀਆਂ ਵੀ ਕਿਵੇਂ ਜੇ ਗੁਟਕਾ ਸਾਫ ਦੀ 100 ਫੜ ਕੇ ਤੁਸੀਂ ਮੁੱਕਰ ਸਕਦੇ ਲੋਕ ਵਿਸ਼ਵਾਸ ਕਰਨ ਕਿਵੇਂ ਜੇਕਰ ਕਹਿੰਦੇ ਸੀ ਕਿ 2 ਕਰੋੜ ਹਰ ਸਾਲ ਨੌਕਰੀਆਂ ਦੇਣੀਆਂ ਨੇ ਦਿੱਤੀਆਂ ਨਹੀਂ ਤਾਂ ਲੋਕ ਵਿਸ਼ਵਾਸ ਕਰਨ ਕਿਵੇਂ ਜੇ ਕਿਹਾ ਸੀ ਕਿ ਸਾਰਿਆਂ ਦਾ ਵਿਕਾਸ ਹੋ ਹੋਇਆ ਕੋਈ ਨਹੀਂ ਤੇ ਲੋਕ ਵਿਸ਼ਵਾਸ ਕਰਨ ਤਾਂ ਕਰਨ ਕਿਵੇਂ ਜੇਕਰ ਲੋਕ ਮਰ ਰਹੇ ਨੇ ਤੇ ਉਹ ਸੈਂਟਰਲ ਵਿਸਟਾ ਦੇ ਨਾਲ ਸੰਸਦ ਭਵਨ ਉਸਾਰਿਆ ਜਾ ਰਿਹਾ ਹੈ ਤੇ ਲੋਕ ਵਿਸ਼ਵਾਸ ਕਰਨ ਕਿਵੇਂ ਕਿ ਸਾਡੇ ਵਾਸਤੇ ਸੋਚਦੇ ਹੈ ਸੋ ਖੈਰ ਆ ਕੈਨੇਡਾ ਵਾਲੇ ਪਾਸੋਂ ਖਬਰ ਹੈ 에ਅਰ ਕੈਨੇਡਾ ਨੇ ਇੰਡੀਆ ਤੋਂ ਜਿਹੜੀਆਂ ਡਾਇਰੈਕਟ ਫਲਾਈਟਸ ਇਹਨਾਂ ਦੀਆਂ ਚੱਲ ਰਹੀਆਂ ਸਨ ਉਹਨਾਂ ਦੇ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ ਸੀ ਜਿਹੜੀਆਂ ਉਹਨਾਂ ਨੂੰ 22 ਜੂਨ ਤੱਕ ਵਧਾ ਦਿੱਤਾ ਹੈ। ਕੈਨੇਡਾ ਸਰਕਾਰ ਨੇ 22 ਅਪ੍ਰੈਲ ਤੋਂ 30 ਦਿਨਾਂ ਦੇ ਵਾਸਤੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਸਾਰੀਆਂ ਸਿੱਧੀਆਂ ਉਡਾਨਾਂ ਤੇ ਰੋਕ ਲਾਈ ਸੀ। ਪਰ ਹੁਣ 에ਅਰ ਕੈਨੇਡਾ ਨੇ ਇਹ ਪਾਬੰਦੀ 22 ਜੂਨ ਤੱਕ ਵਧਾ ਦਿੱਤੀ ਹੈ ਭਾਵੇਂ 1 ਮਹੀਨਾ ਹੋਰ ਵਧਾ ਦਿੱਤੀ ਹੈ। ਪਰ ਕੈਨੇਡਾ ਸਰਕਾਰ ਵੱਲੋਂ ਹਾਲ ਤੱਕ ਇਸ ਸਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ। ਪਰ 에어 ਕੈਨੇਡਾ ਨੇ ਇਸ 에어ਲਾਈਨ ਨੇ ਆਪਣੇ ਆਪ ਇੰਡੀਆ ਦੀ ਸਥਿਤੀ ਨੂੰ ਭਾਪਦਿਆਂ ਹੋਇਆਂ 1 ਮਹੀਨੇ ਵਾਸਤੇ ਇਸ ਪਾਬੰਦੀ ਦੇ ਵਿੱਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਉਮੀਦ ਹੈ ਕਿ ਆਉਣ ਵਾਲੇ ਕੁਝ ਘੰਟਿਆਂ ਜਾਂ ਕੁਝ ਦਿਨਾਂ ਦੇ ਵਿੱਚ ਕੈਨੇਡਾ ਸਰਕਾਰ ਵੀ ਇਸ ਦੇ ਉੱਤੇ ਆਪਣੀ ਸਥਿਤੀ ਸਪਸ਼ਟ ਕਰ ਸਕਦੀ ਹੈ। ਅਗਲੀ ਜਿਹੜੀ ਖਬਰ ਹੈ ਉਹ ਨਸ਼ਿਆਂ ਦੇ ਧੰਦੇ ਨਾਲ ਜੁੜੀ ਖਬਰ ਹੈ। ਸਾਡੇ ਆਪਣੇ ਮੁਲਕ ਪਰ ਸੂਬਾ ਅਲਬਰਟਾ ਅਲਬਰਟਾ ਦਾ ਸ਼ਹਿਰ ਕੈਲਗਰੀ ਕੈਲਗਰੀ ਦੀ ਖਬਰ ਹੈ ਕੈਲਗਰੀ ਦੇ ਸੰਗਠਿਤ ਜੁਰਮ ਅਤੇ ਗਰੋਹ ਦੇ ਤਿੰਨ ਲੋਕ ਜਿਹਨਾਂ ਨੂੰ ਲਗਭਗ 3 ਮਿਲੀਅਨ 30 ਲੱਖ ਡਾਲਰ 30 ਲੱਖ ਡਾਲਰ ਦੇ ਨਸ਼ੇ ਅਤੇ ਨਕਦੀ ਸਮੇਤ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਜਾਂਚ ਪੜਤਾਲ ਆਰੰਭ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਇਹਨਾਂ ਤਿੰਨਾਂ ਵਿੱਚੋਂ ਇੱਕ ਪੰਜਾਬੀ ਨੌਜਵਾਨ ਹੈ ਤੇ ਉਹਦਾ ਨਾਮ ਹੈ ਹਰਮਨਦੀਪ ਟਿਵਾਣਾ ਤੇ ਉਮਰ ਲਗਭਗ 28 ਵਰੇ ਦੱਸੀ ਗਈ ਹੈ ਹਰਮਨਦੀਪ ਟਿਵਾਣਾ ਤੋਂ ਇਲਾਵਾ ਉਸ ਦੇ ਨਾਲ 30 ਵਿਰਿਆਂ ਦਾ ਐਸ਼ਲੇ ਸਟੈਂਵੇ ਗ੍ਰੀਨ ਬਲੈਕਮੌਰ ਇਹ ਤਿੰਨੋਂ ਹੀ ਗ੍ਰਿਫਤਾਰ ਕਰ ਲਏ ਗਏ ਐ ਪੁਲਿਸ ਨੇ ਇਹਨਾਂ ਤੋਂ 30 ਲੱਖ ਡਾਲਰ ਦਾ ਨਸ਼ਾ ਫੜਿਆ ਇਹਨਾਂ ਤੋਂ 113.5 ਲੀਟਰ ਜੀਐਚਬੀ 22.3 ਕਿਲੋਗ੍ਰਾਮ ਮੈਥਾਫੈਟਾਮਾਈਨ 18000 ਫੈਂਟਨਲ ਦੀਆਂ ਗੋਲੀਆਂ 1.5 ਕਿਲੋਗ੍ਰਾਮ ਫੈਂਟਨਲ 4.1 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਹੈ ਇਸ ਤੋਂ ਇਲਾਵਾ ਇਹਨਾਂ ਤਿੰਨਾਂ ਦੇ ਕੋਲੋਂ 386000 ਡਾਲਰ ਦੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਜਾਂਚ ਆਰੰਭ ਕਰ ਦਿੱਤੀ ਹੈ ਕਿ ਕਿੱਥੇ-ਕਿੱਥੇ ਇਹਨਾਂ ਦੀਆਂ ਹੋਰ ਤਾਰਾਂ ਜੁੜੀਆਂ ਹੋਈਆਂ ਸੀ ਮਿਲੀ ਜਾਣਕਾਰੀ ਅਨੁਸਾਰ ਅਲਬਰਟਾ ਸੂਬੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮਾਤਰਾ ਵਿੱਚ ਡਰੱਗ ਦੀ ਇਹ ਬਰਾਮਦਗੀ ਹੈ ਡਰੱਗ ਖੇਪ ਜਿਹੜੀ ਫੜੀ ਹੈ ਪਰਸ ਨੂੰ ਜਾਂਚ ਵਿੱਚ ਹੋਰ ਵੱਡੇ ਖੁਲਾਸੇ ਅਤੇ ਕੁਝ ਹੋਰ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹਦੇ ਤੋਂ ਬਾਅਦ ਅਲਬਰਟਾ ਸੂਬੇ ਦੇ ਵਿੱਚੋਂ ਇੱਕ ਖਬਰ ਹੋਰ ਮੜ ਰਹੀ ਹੈ। ਕਿ ਵੱਡੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਹੋਏ ਨੇ। ਹੁਣ ਤੁਸੀਂ ਦੇਖੋ ਕਿ ਚੰਗਾ ਭਵਿੱਖ ਲੈ ਕੇ ਸਾਡੇ ਪੁਰਖੇ ਸਾਡੇ ਬਜ਼ੁਰਗ ਤੇ ਅਸੀਂ ਇੱਥੇ ਆਏ। ਪਰ ਤੁਸੀਂ ਦੇਖੋ ਕਿ ਸਾਡੀ ਔਲਾਦ ਜਾਂ ਕੁਝ ਉਹ ਲੋਕ ਜਿਹੜੇ ਓਵਰਨਾਈਟ ਅਮੀਰ ਹੋਣਾ ਚਾਹੁੰਦੇ ਆ। ਜਿਹੜੇ ਲਗਜ਼ਰੀ ਲਾਈਫ ਜਿਉਣਾ ਚਾਹੁੰਦੇ ਐ ਜਿਹੜੇ ਚਾਹੁੰਦੇ ਆ ਕਿ ਕੰਮ ਨਾ ਕਰਨਾ ਪਵੇ ਸਾਨੂੰ ਅੱਖਾਂ ਨਾ ਜਾਲਣੀਆਂ ਪੈਣ ਗਾਲਣੀਆਂ ਪੈਣ ਸਾਨੂੰ ਦਿਹਾੜੀ ਦਪਕ ਕਰਨਾ ਨਾ ਪਵੇ ਮਾਪਿਆਂ ਨੇ ਸਾਰੀ ਉਮਰ ਮਿੱਲਾਂ ਵਿੱਚ ਲਗਾ ਦਿੱਤੀ ਕਿਸੇ ਨੇ ਟੈਕਸੀ ਚਲਾਉਂਦੀਆਂ ਲਗਾ ਦਿੱਤੀ ਕਿਸੇ ਨੇ ਟਰੱਕ ਚਲਾਉਂਦੀਆਂ ਲਗਾ ਦਿੱਤੀ ਕਿਸੇ ਨੇ ਫੈਕਟਰੀਆਂ ਦੇ ਵਿੱਚ ਲੇਬਰ ਕਰਦਿਆਂ ਲਗਾ ਦਿੱਤੀ ਕਿਹਦੇ ਵਾਸਤੇ ਆਪਾਂ ਕਹਿੰਦੇ ਆਪਾਂ ਕੰਮ ਕਿਹਦੇ ਵਾਸਤੇ ਕਰਦੇ ਆਂ ਔਲਾਦ ਵਾਸਤੇ ਪਰ ਔਲਾਦ ਹੱਥਾਂ ਦੇ ਵਿੱਚੋਂ ਰੇਤੇ ਵਾਂਗ ਗਿਰ ਗਈ ਫਿਰ ਕਈ ਲੋਕ ਇਲਜ਼ਾਮ ਲਾਉਂਦੇ ਐ ਕੇ ਮਾਪਿਆਂ ਨੇ ਬੱਚਿਆਂ ਨੂੰ ਸਮਾਂ ਨਾ ਦਿੱਤਾ ਸੱਚ ਜਾਣਿਓ ਪਹਿਲੀ ਪੀੜੀ ਨੂੰ ਦਿਨ ਰਾਤ ਆ ਕੇ ਇੱਥੇ ਇੱਕ ਕਰਨਾ ਪੈਂਦਾ ਜੇ ਉਹ ਘਰ ਦੇ ਵਿੱਚ ਹੱਥ ਤੇ ਹੱਥ ਰੱਖ ਕੇ ਬੈਠ ਜਾਣ ਉਹ ਕਰ ਕੁਝ ਨਹੀਂ ਸਕਦੇ ਫਿਰ ਇਲਜ਼ਾਮ ਮਾਪਿਆਂ ਤੇ ਆਉ ਕੰਮ ਨਹੀਂ ਕੀਤਾ ਬੱਚਿਆਂ ਨੂੰ ਚੰਗੇ ਸਕੂਲਾਂ ਚ ਪੜਾਇਆ ਨਹੀਂ ਚੰਗੀਆਂ ਥਾਮਾਂ ਤੇ ਤੋਰਿਆ ਨਹੀਂ ਜੇ ਮਾਪੇ ਦਿਨ ਰਾਤ ਇੱਕ ਕਰਦੇ ਆ ਤਾਂ ਉਹ ਔਲਾਦ ਵਾਸਤੇ ਕਰਦੇ ਆ ਅਸੀਂ ਜਿਹੜੀ ਪਹਿਲੀ ਪੀੜੀ ਆਈ ਹੈ ਸਾਡਾ ਤਾਂ ਇੱਥੇ ਦਿਨ ਰਾਤ ਇੱਕ ਕਰਦਿਆਂ ਦਾ ਲੰਘ ਜਾਣਾ ਪਰ ਕਿਹਦੇ ਵਾਸਤੇ ਲੰਘਣਾ ਹੈ ਕਿ ਬੱਚਿਆਂ ਦਾ ਪੂਆ ਇੱਕ ਸੁਨਹਿਰਾ ਕਰ ਦਈਏ ਪਰ ਬੱਚੇ ਗਲਤ ਰਹਾ ਤੇ ਤੁਰ ਚੁੱਕੇ ਐ ਸਾਰਿਆਂ ਦੇ ਨਹੀਂ ਕੁਝ ਇਕ ਦੇ ਬੇਨਤੀਆਂ ਕਰੋ ਕਿ ਇਹਨਾਂ ਪਾਸਿਆਂ ਤੋਂ ਮੁੜੀਏ ਆ ਲਗਭਗ ਤੁਸੀਂ ਦੇਖੋ ਕਿ ਹਰ ਦੂਜੇ ਚੌਥੇ ਦਿਨ ਆ ਲੋਅਰ ਮੇਨ ਲੈਂਡ ਜਿਸ ਇਲਾਕੇ ਵਿੱਚ ਅਸੀਂ ਰਹਿੰਦੇ ਐ ਇੱਥੇ ਵੀ ਕਾੜ ਕਾੜ ਹੁੰਦੀ ਐ ਲਟੈਣਾ ਵਰਗੇ ਗੱਭਰੂ ਨੌਜਵਾਨ ਗੋਲੀਆਂ ਦਾ ਸ਼ਿਕਾਰ ਹੋ ਰਹੇ ਐ ਹਾਲੇ ਐਤਵਾਰ ਨੂੰ ਇੱਕ 에ਰਪੋਰਟ ਤੇ ਗੋਲੀ ਚੱਲੀ ਸੀ ਪੰਜਾਬੀ ਗੱਭਰੂ ਕਰਮਨ ਗਰੇਵਾਲ ਮਰਿਆ ਸੀ ਹੁਣ ਖਬਰ ਮਿਲੀ ਰਾਤ ਲਗਭਗ 8:30 ਜਿਹੜੀ ਬੀਤੀ ਰਾਤ ਬਰਨਵੀ ਦੇ ਵਿੱਚੋਂ ਖਬਰ ਮਿਲੀ ਕਿ ਰਾਤੀ ਲਗਭਗ 8:30 ਵਜੇ ਗੋਲੀ ਚੱਲੀ ਹੈ ਗੋਲੀਬਾਰੀ ਦੌਰਾਨ ਖਬਰ ਮਿਲੀ ਹੈ ਕਿ ਬ੍ਰਦਰਜ਼ ਕੀਪਰ ਦੇ ਇੱਕ ਗੈਂਗਸਟਰ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਦੋ ਹੋਰ ਜ਼ਖਮੀ ਹੋਏ ਐ ਇਹ ਗੋਲੀਬਾਰੀ ਮੈਰੀਨ ਵੇ ਅਤੇ ਬੈਰਨ ਰੋਡ ਤੇ ਸਥਿਤ ਇੱਕ ਕ੍ਰਾਸਿੰਗ ਮਾਲ ਬਣਿਆ ਹੋਇਆ ਉਹਦੀ ਪਾਰਕਿੰਗ ਲੋਟ ਦੇ ਵਿੱਚ ਚੱਲੀ ਜਿਸ ਦੇ ਵਿੱਚ ਇੱਕ ਨੌਜਵਾਨ ਮਾਰਿਆ ਗਿਆ ਤੇ ਇੱਕ ਹੋਰ ਨੌਜਵਾਨ ਤੇ ਇੱਕ ਮੁਟਿਆਰ ਜ਼ਖਮੀ ਹੋ ਗਈ ਹੈ ਪਤਾ ਲੱਗਿਆ ਕਿ ਉਸ ਨੌਜਵਾਨ ਦੀ ਗਰਲਫ੍ਰੈਂਡ ਸੀ ਇਹਨਾਂ ਦੋਵ ਨੂੰ ਇੱਕ ਨੌਜਵਾਨ ਨੂੰ ਤੇ ਇੱਕ ਮੁਟਿਆਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਸਮਝਿਆ ਜਾ ਰਿਹਾ ਹੈ ਕਿ ਇਹ ਜਿਹੜੀ ਗੋਲੀ ਚੱਲੀ ਹੈ ਇਸ ਗੋਲੀਬਾਰੀ ਦੇ ਪਿੱਛੇ ਬੀਤੇ ਐਤਵਾਰ ਜਿਸ ਘਟਨਾ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਕਿ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ 에ਅਰਪੋਰਟ ਦੇ ਬਾਹਰ ਇੱਕ ਨੌਜਵਾਨ ਕਰਮਨ ਗਰੇਵਾਲ ਉਹਦੇ ਕਤਲ ਦਾ ਬਦਲਾ ਲਿਆ ਗਿਆ ਗੋਲੀਬਾਰੀ ਕੈਕਟਸ ਕਲੱਬ ਦੇ ਪੈਟੀਓ ਦੇ ਬਿਲਕੁਲ ਨੇੜੇ ਚੱਲੀ ਗੋਲੀਬਾਰੀ ਦੌਰਾਨ ਪੈਟੀਓ ਤੇ ਬੈਠੇ ਲੋਕ ਜਾਨ ਬਚਾਉਣ ਲਈ ਇਧਰ ਉਧਰ ਦੌੜਦੇ ਵੀ ਨਜ਼ਰ ਆਏ ਗੋਲੀਬਾਰੀ ਦੌਰਾਨ ਮਾਰਿਆ ਗਿਆ ਵਿਅਕਤੀ ਸਰੀ ਵਿੱਚ ਜੂਨ 2019 ਵਿੱਚ ਇੱਕ ਹਮਲੇ ਦਾ ਦੋਸ਼ੀ ਪੈਰੋਲ ਤੇ ਰਿਹਾ ਹੋਇਆ ਹਿਆ ਸੀ ਦੱਸਣਾ ਬਣਦਾ ਹੈ ਕਿ ਅਮਰੀਕਨ ਗੈਂਗ ਦੀ ਬ੍ਰਦਰਜ਼ ਕੀਪਰ ਅਤੇ ਰੈਡ ਸਕੋਰਪੀਓ ਕੰਗ ਗਰੁੱਪ ਨਾਲ ਖੂਨੀ ਜੰਗ 2017 ਤੋਂ ਚੱਲ ਰਹੀ ਹੈ ਜਿਸ ਵਿੱਚ ਕਈ ਨੌਜਵਾਨ ਭੇਂਟ ਚੜ ਚੁਕੇ ਆ ਇਸ ਸਾਲ ਵਿੱਚ ਲਗਾਤਾਰ ਗੋਲੀਬਾਰੀ ਦੌਰਾਨ ਸਾਰੇ ਪਾਸਿਆਂ ਤੋਂ ਕਈ ਗੈਂਗਸਟਰਾਂ ਦੇ ਮਾਰੇ ਜਾਣ ਦੀਆਂ ਖਬਰਾਂ ਨੇ ਹੁਣਾਂ ਬੀਤੇ ਕੁਝ ਦਿਨਾਂ ਤੋਂ ਕਈ ਹਫ਼ਤਿਆਂ ਤੋਂ ਸ਼ਾਇਦ ਹੀ ਕੋਈ ਹਫ਼ਤਾ ਜਾਂ ਵੀਕਐਂਡ ਇਸ ਤਰ੍ਹਾਂ ਦਾ ਲੰਘਦਾ ਹੈ ਜਿਸ ਤਣ ਇਸ ਤਰ੍ਹਾਂ ਦੀ ਕੋਈ ਮੰਦਭਾਗੀ ਖਬਰ ਨਾ ਮਿਲੀ ਹੋਵੇ ਸਰੀ ਵਿੱਚ ਗੋਲੀ ਚੱਲੀ ਡੈਲਟਾ ਚ ਗੋਲੀ ਚੱਲੀ ਬਰਨ ਵਿੱਚ ਗੋਲੀ ਚੱਲੀ ਇਹਦੇ ਨਾਲ ਨਾਲ ਲੈਂਗਲੀ ਚ ਗੋਲੀ ਚੱਲੀ ਵੈਨਕੂਵਰ ਚ ਗੋਲੀ ਚੱਲੀ ਆ ਬਰਨ ਵਿੱਚ ਫੇਰ ਗੋਲੀ ਚੱਲ ਪਈ ਹੈ ਆਪਣੇ ਆਪ ਦੇ ਵਿੱਚ ਭਾਈਚਾਰਾ ਸਿਰ ਜੋੜ ਕੇ ਬੈਠਾ ਕਿ ਕਰਨ ਕਮਾਈਆਂ ਆਈ ਸੀ ਅਸੀਂ ਆਪਣਾ ਸਭ ਕੁਝ ਗਵਾਉਂਦੇ ਨਸਰਾ ਰਹੇ ਹਾਂ ਅਗਲੀ ਜਿਹੜੀ ਖਬਰ ਹੈ ਕਰੋਨਾ ਕਾਲ ਨਾਲ ਸੰਬੰਧਿਤ ਹੈ ਬਹੁਤ ਸਾਰੇ ਪਰਿਵਾਰਕ ਜੀ ਲੋਕਾਂ ਦੇ ਇਸ ਜਹਾਨ ਤੋਂ ਤੁਰਿਆ ਕੰਧੀਆਂ ਕਈਆਂ ਦੇ ਮਾਪੇ ਤੇ ਕਈਆਂ ਦੇ ਧੀ ਪੁੱਤ ਜੇ ਬਜ਼ੁਰਗ ਰਹਿ ਗਏ ਉਹਨਾਂ ਨੂੰ ਵੀ ਔਖਾ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਿਰਫ ਬੱਚੇ ਰਹਿ ਗਏ ਉਹਨਾਂ ਦਾ ਵੀ ਸਹਾਰਾ ਕੋਈ ਨਹੀਂ ਹੁਣ ਦਿੱਲੀ ਸਰਕਾਰ ਨੇ ਬੀਤੇ ਦਿਨੀ ਆਖਿਆ ਸੀ ਕਿ ਫਲਾਣੇ ਤੇ ਫਲਾਣੇ ਤੇ ਫਲਾਣੇ ਨੂੰ ਅਸੀਂ ਅਸੀਂ ਬੇਰਜ਼ਗਾਰੀ ਭੱਤਾ ਦੇਾਂਗੇ ਅਸੀਂ ਆਰਥਿਕ ਮਦਦ ਦੇਵਾਂਗੇ ਕੱਲ ਮੱਧ ਪ੍ਰਦੇਸ਼ ਸਰਕਾਰ ਦਾ ਜ਼ਿਕਰ ਕੀਤਾ ਸੀ ਪੰਜਾਬ ਸਰਕਾਰ ਦਾ ਜ਼ਿਕਰ ਕੀਤਾ ਸੀ ਤੇ ਅੱਜ ਫੇਰ ਦਿੱਲੀ ਵਾਲੇ ਪਾਸਿਓ ਆ ਚੰਗੀ ਖਬਰ ਆਈ ਹੈ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਬਹੁਤ ਸਾਰੇ ਲੋਕਾਂ ਦਾ ਕੰਮ ਟੁੱਟ ਗਿਆ ਸਾਨੂੰ ਪਤਾ ਹੈ ਕਿ ਬਹੁਤ ਸਾਰੇ ਲੋਕਾਂ ਦਾ ਇਲਾਜ ਚੰਗੇ ਤਰੀਕੇ ਨਾਲ ਹੋ ਨਹੀਂ ਸਕਿਆ ਪਰ ਉਹਨਾਂ ਨੇ ਆਸ ਪ੍ਰਗਟਾਈ ਸੀ ਕਿ ਅਸੀਂ ਇਹਦੇ ਤੇ ਜਿੱਤ ਪਾ ਲਵਾਂਗੇ ਤੇ ਅੱਜ ਉਹਨਾਂ ਨੇ ਆਖਿਆ ਕਿ ਪਹਿਲਾਂ ਨਾਲੋਂ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਵੀ ਗਿਣਤੀ ਘਟੀ ਹੈ ਪਹਿਲਾਂ ਨਾਲੋਂ ਕੇਸ ਵੀ ਘਟ ਗਏ ਆ ਪਰ ਹਾਲੇ ਵੀ ਆਈਸੀਯੂ ਦੇ ਵਿੱਚ ਜਿਹੜੇ ਭਾਵ ਗੰਭੀਰ ਮਰੀਜ਼ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋ ਉਹ ਹਾਲੇ ਵੀ ਨੇ ਉਹਨਾਂ ਨੇ ਆਖਿਆ ਕਿ ਅਸੀਂ ਨਵੇਂ ਆਕਸੀਜਨ ਬੈੱਡ ਵੀ ਬਣਾ ਰਹੇ ਹਾਂ ਆਕਸੀਜਨ ਸਿਲੰਡਰ ਵੀ ਖਰੀਦੇ ਜਾ ਰਿਹਾ ਹੈ ਆਈਸੀਯੂ ਬੈੱਡ ਵੀ ਤਿਆਰ ਕੀਤੇ ਜਾ ਰਹੇ ਆ ਪਰ ਬੀਤੇ ਕੁਝ ਦਿਨਾਂ ਦੇ ਵਿੱਚ ਜਿਹੜਾ ਦੁਖਦਾਈ ਸਮਾਸੀ ਉਪ ਭੁਲਾਇਆ ਨਹੀਂ ਜਾ ਸਕਦਾ ਅਸੀਂ ਕਹਿੰਦੇ ਇਸ ਗੱਲ ਦਾ ਅਫਸੋਸ ਪ੍ਰਗਟ ਕਰਦੇ ਹਾਂ ਕਿ ਬਹੁਤ ਸਾਰੇ ਦਿੱਲੀ ਦੇ ਲੋਕਾਂ ਨੂੰ ਅਸੀਂ ਬਚਾ ਨਹੀਂ ਸਕੇ ਪਰ ਉਸ ਸਮੇਂ ਸਮੇਂ ਤੇ ਕਹਿੰਦੇ ਰਹੇ ਕਿ ਕੇਂਦਰ ਸਰਕਾਰ ਨੂੰ ਅਪੀਲਾਂ ਕਰਦੇ ਰਹੇ ਆਖਰਕਾਰ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਦਬਕੇ ਮਾਰੇ ਸੀ ਕੇਂਦਰ ਸਰਕਾਰ ਨੂੰ ਕਿ ਦਿੱਲੀ ਸਰਕਾਰ ਜੋ ਤੁਹਾਡੇ ਤੋਂ ਮੰਗ ਰਹੀ ਆ ਉਹਨੂੰ ਮੰਗ ਉਹਦੀ ਪੂਰੀ ਕਰੋ ਉਹ ਆਕਸੀਜਨ ਮੰਗ ਰਹੇ ਨੇ ਆਕਸੀਜਨ ਪੂਰੀ ਕਰੋ ਚਲੋ ਸਭ ਕੁਝ ਹਲ ਹਿਲੇ ਹੋਣ ਲੱਗੇ ਹੁਣ ਉਹ ਕਹਿੰਦੇ ਸਿਰਫ ਇਹ ਆਖਿਆ ਜਾ ਸਕਦਾ ਹੈ ਕਿ ਪਰਮਾਤਮਾ ਉਹਨਾਂ ਸਾਰਿਆਂ ਦੀਆਂ ਆਤਮਾਾਂ ਨੂੰ ਸ਼ਾਂਤੀ ਪ੍ਰਦਾਨ ਕਰੇ ਪਰ ਉਹਨਾਂ ਇੱਕ ਹੋਰ ਆਖੀ ਕਹਿੰਦੇ ਜਿਨ੍ਹਾਂ ਦੇ ਘਰ ਵਿੱਚ ਮੌਤ ਹੋਈ ਉਹਨਾਂ ਦੇ ਘਰ ਦੇ ਬੱਚੇ ਪਰੇਸ਼ਾਨ ਨਾ ਹੋਣ ਕਹਿੰਦੇ ਕਿਉਂਕਿ ਮੈਂ ਹੂੰ ਨਾ ਤੁਹਾਡੀ ਪੜ੍ਹਾਈ ਦੀ ਜ਼ਿੰਮੇਵਾਰੀ ਕਹਿੰਦੇ ਮੇਰੀ ਸਰਕਾਰ ਚੁੱਕੂਗੀ ਦਿੱਲੀ ਸਰਕਾਰ ਚੁੱਕੂਗੀ ਅਜਿਹੇ ਸਾਰੇ ਪਰਿਵਾਰ ਜਿਨ੍ਹਾਂ ਵਿੱਚ ਕਮਾਉਣ ਵਾਲੇ ਵਿਅਕਤੀਆਂ ਦੀ ਮੌਤ ਹੋ ਗਈ ਹੈ ਉਹਨਾਂ ਦੀ ਮਦਦ ਕਹਿੰਦੇ ਸਾਡੀ ਸਰਕਾਰ ਕਰੂਗੀ ਦਿੱਲੀ ਸਰਕਾਰ ਇਹਨਾਂ ਦੀ ਆਰਥਿਕ ਮਦਦ ਕਰੂਗੀ ਕਹਿੰਦੇ ਘਬਰਾਇਓ ਨਾ ਉਹਨਾਂ ਕਿਹਾ ਕਿ ਅਜਿਹੇ ਵਿੱਚ ਕਈ ਬੱਚੇ ਨੇ ਜਿਨ੍ਹਾਂ ਦੇ ਮਾਪੇ ਦਾ ਸਾਆ ਸਿਰ ਤੋਂ ਉੱਠ ਗਿਆ ਭਾਵ ਅਨਾਥ ਹੋ ਗਏ ਨੇ ਉਹਨਾਂ ਦਾ ਕਹਿੰਦੇ ਇਸ ਦੁਨੀਆ ਵਿੱਚ ਕੋਈ ਨਹੀਂ ਰਿਹਾ ਇਹ ਨਾ ਸਮਝਣ ਅਸੀਂ ਹੈਗੇ ਹਾਂ ਕਹਿੰਦੇ ਅਸੀਂ ਤੁਹਾਡੀ ਬਾਹ ਫੜ ਕੇ ਰੱਖਾਂਗੇ ਉਹਨਾਂ ਕਿਹਾ ਕਿ ਮੈਂ ਸਾਰੇ ਬੱਚਿਆਂ ਨੂੰ ਕਹਿਣਾ ਚਾਹੁੰਨਾ ਹੈ ਕਿ ਉਹਨਾਂ ਦੇ ਦੁੱਖ ਨੂੰ ਮੈਂ ਦਿਲੋਂ ਮਹਿਸੂਸ ਕਰ ਰਿਹਾ ਹਾਂ ਅਸੀਂ ਕਿਸੇ ਬੱਚੇ ਦੀ ਪੜ੍ਹਾਈ ਨਹੀਂ ਛੁੱਟਣ ਦੇਵਾਂਗੇ ਹਰ ਬੱਚੇ ਦੀ ਪੜ੍ਹਾਈ ਜਾਰੀ ਰੱਖਾਂਗੇ ਅਜਾਹੇ ਹਰ ਬੱਚੇ ਦੀ ਪੜ੍ਹਾਈ ਅਤੇ ਪਾਲਣ ਪੋਸ਼ਣ ਦਾ ਖਰਚਾ ਹੁਣ ਸਾਡੀ ਸਰਕਾਰ ਚੁੱਕੇਗੀ ਜਿਨ੍ਹਾਂ ਦਾ ਸਿਰ ਤੋਂ ਸਾਇਆ ਉੱਠ ਗਿਆ ਤੇ ਨਾਲ ਹੀ ਉਹਨਾਂ ਦਾ ਧਿਆਨ ਫਿਰ ਉਹਨਾਂ ਬਜ਼ੁਰਗਾਂ ਵੱਲ ਵੀ ਗਿਆ ਜਿਨ੍ਹਾਂ ਦੇ ਘਰ ਵਿੱਚੋਂ ਕਮਾਉਣ ਵਾਲੇ ਬੱਚੇ ਤੁਰ ਗਏ ਨੇ ਕਿਉਂਕਿ ਹੋ ਸਕਦਾ ਕਿ ਕਮਾਈ ਦਾ ਸਾਧਨ ਘਰ ਦੇ ਵਿੱਚ ਬੱਚੇ ਹੀ ਹੁਣ ਬਜ਼ੁਰਗ ਹੁਣ ਇਸ ਇਸ ਪੜਾ ਤੇ ਪਹੁੰਚ ਚੁੱਕੇ ਹੋਣ ਕਿ ਉਹ ਆਪ ਕੁਝ ਕਮਾ ਕੇ ਗੁਜ਼ਾਰਾ ਕਰ ਨਾ ਸਕਦੇ ਹੋਣ ਬੱਚਿਆਂ ਦੇ ਸਿਰ ਤੇ ਉਹਨਾਂ ਦਾ ਘਰ ਚੱਲਦਾ ਹੋਵੇ ਜਦ ਹੁਣ ਘਰ ਦੇ ਵਿੱਚ ਕਮਾਉਣ ਵਾਲੇ ਬੱਚੇ ਨਾ ਰਹੀ ਤਾਂ ਫਿਰ ਬਜ਼ੁਰਗਾਂ ਦਾ ਸਹਾਰਾ ਕੌਣ ਉਹ ਕਹਿੰਦੇ ਮੈਂ ਅਜਿਹੇ ਸਾਰੇ ਬਜ਼ੁਰਗਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਤੁਹਾਡੇ ਬੱਚੇ ਚਲੇ ਗਏ ਇਸ ਗੱਲ ਦਾ ਮੈਨੂੰ ਬੇਹੱਦ ਅਫਸੋਸ ਹੈ ਪਰ ਤੁਸੀਂ ਚਿੰਤਾ ਨਾ ਕਰੋ ਹਾਲੇ ਤੁਹਾਡਾ ਇਹ ਪੁੱਤਰ ਜਿਉਂਦਾ ਹੈ ਅਜਿਹੇ ਸਾਰੇ ਪਰਿਵਾਰ ਜਿਨ੍ਹਾਂ ਵਿੱਚੋਂ ਕਮਾਉਣ ਵਾਲੇ ਵਿਅਕਤੀ ਦੀ ਮੌਤ ਹੋ ਗਈ ਹੈ ਉਹ ਭਾਵੇਂ ਬੱਚੇ ਨੇ ਉਹ ਭਾਵੇਂ ਬਜ਼ੁਰਗ ਨੇ ਉਹਨਾਂ ਸਾਰਿਆਂ ਦੀ ਮਦਦ ਦਿੱਲੀ ਸਰਕਾਰ ਕਰੇਗੀ ਕੇਜਰੀਵਾਲ ਸਰਕਾਰ ਕਰੇਗੀ ਚੰਗਾ ਹੈ ਕਿ ਇਹ ਖਬਰ ਹਰ ਇੱਕ ਸਰਕਾਰ ਹਰ ਇੱਕ ਮੁੱਖ ਮੰਤਰੀ ਕੋਲ ਜਾਵੇ ਤੇ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਇਸ ਤਰ੍ਹਾਂ ਦੇ ਐਲਾਨ ਕਰਨ ਕੱਲ ਕੱਲਾਂ ਨੂੰ ਪੰਜਾਬ ਵਾਲਾ ਹਰਿਆਣੇ ਵਾਲਾ ਜਾਂ ਕੋਈ ਹੋਰ ਮੁੱਖ ਮੰਤਰੀ ਇਹ ਐਲਾਨ ਕਰੇ ਅਸੀਂ ਉਹ ਖਬਰ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੇ ਅੱਜ ਪ੍ਰੋਗਰਾਮ ਪੰਜਾਬ ਬੋਲ ਦਾ ਜਦੋਂ ਚੱਲ ਰਿਹਾ ਸੀ ਉਸ ਵਕਤ ਅਸੀਂ ਆਖ ਰਹੇ ਸੀ ਕਿ ਪੰਜਾਬੀਆਂ ਦਾ ਇੱਕ ਹੋਰ ਜਰਨੈਲ ਜਰਨੈਲ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਸਾਬਕਾ ਵ代ਕ ਸਨ कोरोना ਤੋਂ ਪੀੜਤ ਸਨ ਉਹਨਾਂ ਦੀ ਮੌਤ ਹੋਈ ਤੇ ਉਸੇ ਦੌਰਾਨ ਪਤਾ ਲੱਗਿਆ ਸੀ ਕਿ ਸ਼ਹੀਦ ਦੇ ਆਦਮ ਸਰਦਾਰ ਭਗਤ ਸਿੰਘ ਦੇ ਪਤੀਜੇ ਅਬੇ ਸੰਧੂ ਵੀ ਦੁਨੀਆ ਤੋਂ ਚਲਾਣਾ ਕਰ ਗਏ ਨੇ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਸਨ ਉੱਥੇ ਹੀ ਉਹਨਾਂ ਦਾ ਦਿਹਾਂਤ ਹੋਇਆ ਅਬੇ ਸੰਧੂ ਸ਼ਹੀਦ ਭਗਤ ਸਿੰਘ ਦੇ ਛੋਟੇ ਭਰਾ ਕੁਲਵੀਰ ਸਿੰਘ ਸੰਧੂ ਦੇ ਪੁੱਤਰ ਸਨ ਉਹ ਬੀਤੇ ਕਈਆਂ ਦਿਨਾਂ ਤੋਂ ਫੋਰਟਿਸ ਹਸਪਤਾਲ ਵਿੱਚ ਦਾਖਲ ਸੀ ਉਹ ਕੋਰੋਨਾ ਤੋਂ ਪੋਜ਼ਿਟਿਵ ਹੋਣ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਯਤਨਾ ਸਦਕਾ ਫੋਟੀਜ਼ ਦੇ ਵਿੱਚ ਦਾਖਲ ਹੋ ਗਏ ਸੀ ਜਿੱਥੇ ਕਰੋਨਾ ਨਾਲ ਤਾਂ ਉਹ ਲੜ ਗਏ ਉਹਨਾਂ ਦਾ ਤਾਂ ਟੱਕਰਾ ਕਰ ਗਏ ਪਰ ਕਰੋਨਾ ਨੇ ਕਈ ਹੋਰ ਬਿਮਾਰੀਆਂ ਨੂੰ ਨਾਲ ਸੱਦ ਲਿਆ ਕਿ ਆਜੋ ਘੇਰੀ ਆ ਬਸੰਧੂ ਨੂੰ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਨੇ ਦੱਸਿਆ ਕਿ ਆਖਰਕਾਰ ਜ਼ਿੰਦਗੀ ਦੀ ਉਹ ਜੰਗ ਹਾਰ ਗਏ ਅਬਾ ਸੰਧੂ ਦੀ ਮੌਤ ਤੇ ਡੂੰਘੇ ਦੁੱਖ ਦਾ ਉਹਨਾਂ ਨੇ ਪ੍ਰਗਟਾਵਾ ਵੀ ਕੀਤਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਬੈ ਸੰਧੂ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਲਗਾਤਾਰ ਰਾਬਤਾ ਕਾਇਮ ਕਰਕੇ ਰੱਖਿਆ। ਉਹਨਾਂ ਕਿਹਾ ਕਿ ਅਬੈ ਸੰਧੂ ਇੱਕ ਬਹੁਤ ਹੀ ਨਿੱਧੜਕ ਯੋਧਾ ਉੱਗਾ ਸਮਾਜ ਸੇਵੀ ਸੀ। ਕੁਝ ਸਾਲ ਪਹਿਲਾਂ ਹੀ ਅਬੈ ਸੰਧੂ ਨੇ ਆਪਣੇ ਜਵਾਨ ਪੁੱਤਰ ਨੂੰ ਗਵਾ ਦਿੱਤਾ ਸੀ। ਸਿਹਤ ਮੰਤਰੀ ਨੇ ਦੱਸਿਆ ਕਿ ਅਬੈ ਸੰਧੂ ਦੇ ਇਲਾਜ ਤੇ ਜੋ ਵੀ ਖਰਚ ਆਇਆ ਹੈ ਉਹ ਸੰਧੂ ਦਾ ਪਰਿਵਾਰ ਨਹੀਂ ਪੰਜਾਬ ਸਰਕਾਰ ਖੁਦ ਚੁਕੇਗੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕੀਤਾ। ਉਹਨਾਂ ਅਬੈ ਸੰਧੂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਲਿਖਿਆ ਕਿ ਦੁਖੀ ਪਰਿਵਾਰ ਰਿਸ਼ਤੇਦਾਰਾਂ ਅਤੇ ਮਿੱਤਰਾਂ ਨਾਲ ਦਿਲੋਂ ਹਮਦਰਦੀ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਵੈ ਸਿੰਘ ਸੰਧੂ ਜੀ ਦੇ ਦਿਹਾਂਤ ਦੇ ਬਾਰੇ ਜਾਣ ਕੇ ਦੁੱਖ ਹੋਇਆ ਜੋ ਲੰਬੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਮੇਰੀ ਦਿਲੋਂ ਹਮਦਰਦੀ ਹੈ ਅਸੀਂ ਉਹਨਾਂ ਦੇ ਇਲਾਜ ਦੇ ਉੱਤੇ ਆਏ ਖਰਚ ਨੂੰ ਆਪ ਚੁੱਕਾਂਗੇ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸਦੀਵੀ ਸ਼ਾਂਤੀ ਬਖਸ਼ੇ ਸੋ ਪਗਤ ਸਿੰਘ ਹੋਰਾਂ ਦੇ ਪਰਿਵਾਰ ਦਾ ਇਹ ਜੀ ਇਸ ਜਹਾਨ ਤੋਂ ਰੁਖਸਤ ਹੋ ਗਿਆ। ਸੋ ਅਸੀਂ ਵੀ ਸੰਧੂ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ। ਅਗਲੀ ਖਬਰ ਇਹ ਬਲਵੀਰ ਸਿੰਘ ਸਿੱਧੂ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਨੇ ਉਹਨਾਂ ਦੇ ਜੱਦੀ ਜ਼ਿਲ੍ਹੇ ਦੀ ਹੈ। ਬਰਨਾਲਾ ਜ਼ਿਲ੍ਹੇ ਦੀ ਹੈ। ਬਰਨਾਲਾ ਦੇ ਕੋਵਿਡ ਕੇਅਰ ਸੈਂਟਰ ਸੋਹਲਪੱਤੀ ਦੇ ਵਿੱਚੋਂ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਆਈਸੋਲੇਸ਼ਨ ਵਾਰਡ ਦੇ ਵਿੱਚ ਇੱਕ ਕਰੋਨਾ ਵਾਇਰਸ ਦੇ ਮਰੀਜ਼ ਨੂੰ ਜ਼ਮੀਨ ਤੇ ਹੀਠਾਂ ਪੈ ਤੜਫਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਾਇਰਲ ਹੋਈ ਹੈ। ਜਿਹਦੇ ਤੋਂ ਬਾਅਦ ਸਿਹਤ ਵਿਭਾਗ ਤੇ ਉਂਗਲਾਂ ਉਠਣੀਆਂ ਸੁਭਾਵਿਕ ਨਹੀਂ, ਉਠਣੀਆਂ ਵੀ ਚਾਹੀਦੀਆਂ ਨੇ। ਇੰਨਾ ਹੀ ਨਹੀਂ। ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ। ਮਰੀਜ਼ ਤੜਫ ਰਿਹਾ ਹੈ ਫਰਸ਼ ਤੇ ਪਿਆ। ਫਰਸ਼ ਤੇ ਮਰੀਜ਼ ਪਿਆ ਪਰ ਬੈੱਡ ਤੇ ਕੌਣ ਪਿਆ? ਬੈੱਡ ਤੇ ਇੱਕ ਡੈੱਡ ਬੋਡੀ ਪਈ ਹੈ। ਤੁਸੀਂ ਆਪ ਹਿਸਾਬ ਲਾਓ ਉਹਦੇ ਨਾਲ ਹੀ ਜਿਹੜਾ ਮਰੀਜ਼ ਪਿਆ ਆਕਸੀਜਨ ਸਿਲੰਡਰ ਵੀ ਹੀਠੇ ਡਿੱਗਿਆ ਪਿਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਡੈੱਡ ਬਾਡੀ ਬੈੱਡ ਤੇ ਮਰੀਜ਼ ਜ਼ਮੀਨ ਤੇ ਹੋਣਾ ਉਲਟ ਚਾਹੀਦਾ ਸੀ ਹੁਣ ਇਹ ਵੀ ਸਵਾਲ ਹੈ ਕਿ ਜੇ ਇਹ ਆਈਸੋਲੇਸ਼ਨ ਵਾਰਡ ਕਰੋਨਾ ਦੇ ਮਰੀਜ਼ਾਂ ਵਾਸਤੇ ਬਣਾਇਆ ਹੋਇਆ ਹੈ ਕਿ ਉਹਨਾਂ ਮਰੀਜ਼ਾਂ ਦੀ ਦੇਖਭਾਲ ਕਰਨ ਵਾਸਤੇ ਉੱਥੇ ਕੋਈ ਕਰਮਚਾਰੀ ਰੱਖਿਆ ਹੋਇਆ ਕੋਈ ਤਾਇਨਾਤ ਕੀਤਾ ਵੀ ਹੋਇਆ ਜਾਂ ਉਹ ਰੱਬ ਆਸਰੇ ਛੱਡੇ ਹੋਏ ਨੇ ਇੰਨਾ ਹੀ ਨਹੀਂ ਜਿਸ ਤਣ ਇਹ ਵੀਡੀਓ ਵਾਇਰਲ ਹੋਈ ਉਸੇ ਹੀ ਦਿਨ ਆਈਸੋਲੇਸ਼ਨ ਵਾਰਡ ਦੀ ਬਿਜਲੀ ਬੱਤੀ ਵੀ ਗਲ ਹੋਈ ਜਦੋਂ ਕਿ ਉੱਥੇ ਕਈ ਮਰੀਜ਼ ਆਪਣਾ ਇਲਾਜ ਕਰਵਾ ਰਹੇ ਐ ਸਿਹਤ ਵਿਭਾਗ ਨੂੰ ਪੁੱਛਿਆ ਗਿਆ ਕਿ ਦੱਸਿਓ ਭਾਈ ਆ ਕੀ ਮਾਮਲਾ ਹੈ ਮਰੀਜ਼ੇੇਠਾਂ ਪਿਆ ਡੈੱਡ ਬਾਡੀ ਲਾਸ਼ ਬੈੱਡ ਤੇ ਪਈ ਐ ਉੱਪਰੋਂ ਦੀ ਉੱਥੇ ਬਿਜਲੀ ਵੀ ਹੈ ਨਹੀਂ ਟੁਕਮਾ ਪ੍ਰਬੰਧ ਕਿਉਂ ਨਹੀਂ ਕੀਤਾ ਇਹ بڑے ਸਵਾਲ ਵੱਡੇ ਖੜੇ ਕਰਦਾ ਹੋ ਸਕਦਾ ਉੱਥੇ ਕਿਸੇ ਨੂੰ ਵੈਂਟੀਲੇਟਰ ਦੀ ਰੱਖਿਆ ਹੁੰਦਾ ਫੇਰ ਬਿਜਲੀ ਚਲੇਗੀ ਤੇ ਵੈਂਟੀਲੇਟਰ ਬੰਦ ਜਦੋਂ ਕਿ ਪੰਜਾਬ ਸਰਕਾਰ ਦੇ ਵੱਲੋਂ ਆਈਸੋਲੇਸ਼ਨ ਵਾਰਡਾਂ ਦੇ ਵਿੱਚ ਵਧੀਆ ਪ੍ਰਬੰਧ ਕੀਤੇ ਜਾਣ ਦੇ ਲਗਾਤਾਰ ਦਾਅਵੇ ਕੀਤੇ ਜਾ ਰਹੇ ਐ ਪਰ ਆਈਸੋਲੇਸ਼ਨ ਵਾਰਡ ਦੀ ਇਹ ਤਸਵੀਰ ਇਹ ਵੀਡੀਓ ਸਾਹਮਣੇ ਆਉਣ ਤੇ ਇਹ ਸਾਰੇ ਦਾਅਵਿਆਂ ਦੀ ਸਾਰੇ ਵਾਅਦਿਆਂ ਦੀ ਫੂਕ ਨਿਕਲ ਰਹੀ ਹੈ ਜਦੋਂ ਇਸ ਸੰਬੰਧੀ ਸਿਵਲ ਸਰਜਨ ਡਾਕਟਰ ਹਰਿੰਦਰਜੀਤ ਸਿੰਘ ਗਰਗ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਾਮਲਾ ਮੇਰੇ ਧਿਆਨ ਵਿੱਚ ਜ਼ਰੂਰ ਆਇਆ ਮੁਕਰੇ ਰਿਓ ਕਹਿੰਦੇ ਹਾਂ ਇਹ ਮਾਮਲਾ ਹੈ ਉਹਨਾਂ ਆਖਿਆ ਕਿ ਜਾਂਚ ਕਰਨ ਦੇ ਵਾਸਤੇ ਮੈਂ ਐਸਐਮਓ ਡਾਕਟਰ ਜੋਤੀ ਕੌਸ਼ਲ ਦੀ ਡਿਊਟੀ ਲਾ ਦਤੀ ਹੈ। ਉਹਨਾਂ ਦੀ ਰਿਪੋਰਟ ਆਉਣ ਤੋਂ ਬਾਅਦ ਕਹਿੰਦੇ ਅਗਲੀ ਬਣਦੀ ਕਾਰਵਾਈ ਕੀਤੀ ਜਾਏਗੀ। ਆ ਮੈਨੂੰ ਇੰਝ ਮਹਿਸੂਸ ਹੋਇਆ। ਕਿਸੇ ਪੁਲਿਸ ਅਫਸਰ ਨੂੰ ਪੁੱਛ ਲਓ ਕਿ ਫਰਾਂਟਾ ਚੋਰੀ ਹੋ ਗਈ। ਕਤਲ ਹੋ ਗਿਆ। ਡਾਕਾ ਪੈ ਗਿਆ। ਜ਼ਬਰ ਹੋ ਗਿਆ ਕੀ ਕਰੋਗੇ? ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ। ਇਹ ਮੈਨੂੰ ਲੱਗਦਾ ਪੈਟ ਡਾਇਲੋਗਾਂ 'ਚ ਮੈਂ ਲਿਖ ਕੇ ਦਿੱਤਾ ਹੋਵੇ। ਇਹਦੇ ਤੋਂ ਬਾਅਦ ਹੁਣ ਅਗਲਾ ਸਵਾਲ ਕੀ ਕਰੂੰ? ਹਾਂਜੀ ਕੀ ਕਰੋਗੇ? ਬਣਦੀ ਕਾਰਵਾਈ ਕਰਾਂਗੇ ਜੀ। ਇਹਨਾਂ ਨੇ ਵੀ ਆਖਿਆ ਕਿ ਬਣਦੀ ਕਾਰਵਾਈ ਕੀਤੀ ਜਾਏਗੀ। ਜਦੋਂ ਇਸ ਬੰਦੀ ਐਸਐਮਓ ਡਾਕਟਰ ਜੋਤੀ ਕੌਸ਼ਲ ਨੂੰ ਪੁੱਛਿਆ ਗਿਆ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਮਰੀਜ਼ ਜ਼ਮੀਨ ਤੇ ਪਿਆ ਸੀ ਉਹਦੀ ਦਿਮਾਗੀ ਹਾਲਤ ਠੀਕ ਨਹੀਂ ਉਹ ਵਾਰ-ਵਾਰ ਬੈੱਡ ਤੋਂ ਆਪ ਥੱਲੇ ਡਿੱਗਦਾ ਹੈ ਇਸੇ ਕਾਰਨ ਉਹਦੇ ਪਰਿਵਾਰਕ ਮੈਂਬਰਾਂ ਨੇ ਆਖ ਦਿੱਤਾ ਸੀ ਕਿ ਉਹ ਵਾਰ-ਵਾਰ ਥੱਲੇ ਡਿੱਗ ਜਾਂਦਾ ਹੈ ਇਸ ਕਰਕੇ ਉਹਨੂੰ ਬੈੱਡ ਤੇ ਤੁਸੀਂ ਪਾਇਓ ਹੀ ਨਾ ਥੱਲੇ ਹੀ ਪਾ ਲਿਓ ਰਹੀ ਗੱਲ ਕਹਿੰਦੇ ਬਿਜਲੀ ਦੀ ਬੱਤੀ ਗਲ ਹੋਣ ਵਾਲੀ ਉਸ ਦਿਨ ਕਹਿੰਦੇ ਜਿਆਦਾ ਝੱਖੜ ਵੀ ਚੱਲਦਾ ਸੀ ਮੀਂਹ ਵੀ ਆ ਗਿਆ ਸੀ ਸਪਲਾਈ ਠੱਪ ਹੋ ਗਈ। ਹੁਣ ਵੇਖਦੇ ਆ ਕਿ ਪਰਿਵਾਰ ਵੀ ਸਾਹਮਣੇ ਆ ਕੇ ਕੋਈ ਬਿਆਨ ਦਿੰਦਾ ਕਿ ਸੱਚਮੁੱਚ ਕਿਹਾ ਸੀ ਕਿ ਇਹਨੂੰ ਜ਼ਮੀਨ ਤੇ ਪਾ ਲਿਓ। ਪਰ ਆਪਣੇ ਆਪ ਦੇ ਵਿੱਚ ਉਹਨਾਂ ਦੇ ਪ੍ਰਬੰਧਾਂ ਦੀ ਪੋਲ ਕਿਤੇ ਨੁਕਤੇ ਜਰੂਰ ਖੁੱਲਦੀ ਹੈ। ਹੁਣ ਬੀਤੇ ਲਗਭਗ ਕਈ ਦਿਨਾਂ ਤੋਂ ਲਗਭਗ ਮਹੀਨਾ ਹੀ ਹੋ ਗਿਆ। ਪੰਜਾਬ ਕਾਂਗਰਸ ਦੀ ਖਾਨਾ ਜੰਗੀ ਸਿਖਰਾਂ ਤੇ ਪਰ ਲੱਗਦਾ ਕਿ ਇਹਨੂੰ ਕਪਟਨ ਅਮਰਿੰਦਰ ਸਿੰਘ ਉਹਨਾਂ ਠੱਲ ਪਾ ਰਹੇ ਨੇ। ਅਸਲ ਦੇ ਵਿੱਚ ਖਾਨਾ ਜੰਗੀ ਉਦੋਂ ਸ਼ੁਰੂ ਹੋਈ ਜਦੋਂ ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਕੈਪਟਨ ਅਮਰਿੰਦਰ ਸਰਕਾਰ ਅੰਦਰ ਛੇਤੀ ਨਿਆਂ ਦੀ ਮੰਗ ਨੂੰ ਲੈ ਕੇ ਹਲਚਲ ਪੈਦਾ ਹੋਣ ਲੱਗੀ ਪਰ ਹੁਣ ਇਹ ਸ਼ਾਂਤ ਹੁੰਦੀ ਜਾ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਮਲੇ ਨੂੰ ਖੁਦ ਸੰਭਾਲਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਪਤਾ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ ਕਈ ਵਿਧਾਇਕਾਂ ਨੂੰ ਕਈ ਆਪਣੇ ਮੰਤਰੀਆਂ ਨੂੰ ਖੁਦ ਫੋਨ ਕਰਕੇ ਨਿਰਾਸ਼ਾ ਦੂਰ ਕਰਨ ਦਾ ਯਤਨ ਕਰ ਰਹੀ ਹੈ ਜਦ ਕਿ ਪਹਿਲਾਂ ਮੰਤਰੀ ਤੇ ਵਿਧਾਇਕ ਖੁੱਲ ਕੇ ਗੱਲ ਨਹੀਂ ਸੀ ਕਰ ਰਹੇ ਖੁੱਲ ਕੇ ਬੋਲ ਨਹੀਂ ਸੀ ਰਹੇ ਹੁਣ ਇਹ ਮੰਤਰੀ ਹੁਣ ਇਹ ਵਿਧਾਇਕ ਖੁੱਲ ਕੇ ਕੈਪਟਨ ਨਾਲ ਖੜੇ ਹੋਣ ਦੀ ਹਾਮੀ ਭਰ ਰਹੇ ਆ ਜੇ ਉਹ ਕੈਪਟਨ ਨਾਲ ਖੜੇ ਹੋਣ ਦੀ ਹਾਮੀ ਭਰ ਲੱਗ ਪਏ ਫਿਰ ਇੱਕ ਗੱਲ ਸਾਹਮਣੇ ਆ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਮਹਿੰਮ ਵਢੀ ਸੀ ਉਹ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ ਜਦੋਂ ਕਿ ਬੀਤੇ ਕੁਝ ਦਿਨਾਂ ਦੇ ਵਿੱਚ ਕਈ ਵਿਧਾਇਕ ਕਈ ਮੰਤਰੀ ਕਈ ਪਾਰਟੀ ਦੇ ਆਗੂ ਨਵਜੋਤ ਸਿੱਧੂ ਨਾਲ ਜੁੜਨ ਲੱਗੇ ਸਨ ਉਹਦੇ ਕਰੀਬ ਜਾਣ ਲੱਗੇ ਸਨ ਦਸਕ ਦੇ ਕਰੀਬ ਮੰਤਰੀ ਹੈ ਜਿਹੜੇ ਖੁੱਲ ਕੇ ਹੁਣ ਸਮਰਥਨ ਕੈਪਟਨ ਦੇ ਵਿੱਚ ਆ ਗਿਆ ਹੈ ਨਵਜੋਤ ਸਿੱਧੂ ਦੇ ਵੱਲੋਂ ਪਰ ਦੋਸ਼ ਲਗਾਤਾਰ ਕੈਪਟਨ ਅਮਰਿੰਦਰ ਦੇ ਵਿਰੁੱਧ ਧੂਆਂ ਧਾਰ ਟਿੱਪਣੀਆਂ ਟਵੀਟ ਫੇਸਬੁੱਕ ਦੇ ਉੱਤੇ ਲਗਾਤਾਰ ਕੁਝ ਨਾ ਕੁਝ ਲਿਖਿਆ ਜਾ ਰਿਹਾ ਨਿਸ਼ਾਨੇ ਵਿਨੇ ਜਾ ਰਹੇ ਨੇ ਇਹਦੇ ਤੋਂ ਬਾਅਦ ਪਤਾ ਲੱਗਾ ਕਿ ਹਾਈ ਕਮਾਂਡ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸਖਤ ਵੱਡੀ ਤੋਂ ਵੱਡੀ ਕਾਰਵਾਈ ਕੀਤੀ ਜਾਵੇ ਹੁਣ ਵੱਡੀ ਕਾਰਵਾਈ ਕੀ ਹੋ ਸਕਦੀ ਹੈ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਇਹ ਗੱਲ ਸਾਫ਼ ਕਰ ਚੁੱਕਿਆ ਹੈ ਕਿ ਨਵਜੋਤ ਕੱਲ ਨੂੰ ਜਾਂਦਾ ਅੱਜ ਚਲਾ ਜਾਵੇ ਮੈਨੂੰ ਲੋੜ ਨਹੀਂ ਪਰ ਉਹਦੇ ਤੋਂ ਬਾਅਦ ਹਾਈ ਕਮਾਂਡ ਚੁੱਪ ਨਵਜੋਤ ਸਿੰਘ ਸਿੱਧੂ ਲਗਾਤਾਰ ਫਰਾਟੇ ਤਰ ਧੂਏ ਤਰ ਉਸੇ ਤਰ੍ਹਾਂ ਟਵੀਟ ਤੇ ਟਵੀਟ ਕਰਦੇ ਆ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਟਵੀਟ ਕਰਦੇ ਆ ਉਹ ਤੇ ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਸੁਨੀਲ ਜਾਖੜ ਅਤੇ ਕਈ ਹੋਰ ਆਗੂ ਉਹ ਵੀ ਖੁੱਲਬਖੁੱਲਾ ਜੇ ਹੁਣ ਸਮਰਥਨ ਕਰ ਰਿਹਾ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਕਰ ਰਿਹਾ ਪੰਜਾਬ ਕਾਂਗਰਸ ਹੁਣ ਸਿੱਧੂ ਦੇ ਖਿਲਾਫ ਕਾਰਵਾਈ ਕਰਨ ਦੇ ਵਾਸਤੇ ਹਾਈ ਕਮਾਂਡ ਤੇ ਲਗਾਤਾਰ ਦਬਾਅ ਵਧਾ ਰਹੀ ਹੈ। ਬੀਤੇ ਦਿਨੀ ਚਾਰ ਮੰਤਰੀਆਂ ਨੇ ਚਿੱਠੀ ਲਿਖੀ ਸੀ। ਹੁਣ ਖਬਰਾਂ ਮਿਲ ਰਹੀਆਂ ਨੇ ਕਿ ਇਹਨਾਂ ਮੰਤਰੀਆਂ ਦੀ ਗਿਣਤੀ ਵਧ ਗਈ ਹੈ। ਸੁਨੀਲ ਜਾਖੜ ਰੋਜ਼ ਰਿਪੋਰਟ ਭੇਜਦੇ ਨੇ ਹਾਈ ਕਮਾਂਡ ਨੂੰ। ਪੰਜਾਬ ਕਾਂਗਰਸ ਵੱਲੋਂ ਹਰ ਰੋਜ਼ ਸਿੱਧੂ ਦੀਆਂ ਟਿੱਪਣੀਆਂ ਦੀ ਰਿਪੋਰਟ ਕੀਤੀ ਜਾ ਰਹੀ ਹੈ ਤੇ ਉੱਪਰ ਵੀ ਭੇਜੀ ਜਾ ਰਹੀ ਹੈ ਸੋਨੀਆ ਦੇ ਦਰਬਾਰ। ਤੇ ਸੋਨੀਆ ਦਾ ਦਰਬਾਰ ਵੀ ਲਗਾਤਾਰ ਨਜ਼ਰ ਰੱਖ ਰਿਹਾ ਕਿ ਇਸ ਵਕਤ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ। ਹੁਣ ਪੰਜਾਬ ਕਾਂਗਰਸ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਇਹਦੀ ਸਥਿਤੀ ਦੇ ਉੱਤੇ ਵੱਡਾ ਫੈਸਲਾ ਜੇਕਰ ਸੁਣਾਵੇਗਾ ਕਿਉਂਕਿ ਆਪਣਾ ਅਮਰਿੰਦਰ ਸਿੰਘ ਨੇ ਸੁਣਾ ਦਿੱਤਾ ਕਿ ਮੈਨੂੰ ਜ਼ਰੂਰਤ ਨਹੀਂ ਨੂੰ ਬਾਹਰ ਕੱਢੋ ਇੱਕ ਨਹੀਂ ਕਈ ਮੰਤਰੀ ਆਖ ਚੁੱਕੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਅਸੀਂ ਖੜੇ ਹਾਂ ਤੇ ਇਹਨੂੰ ਬਾਹਰ ਕੱਢੋ ਹੁਣ ਵੱਡਾ ਫੈਸਲਾ ਸੁਣਾਉਣਾ ਹੈ ਹਾਈ ਕਮਾਂਡ ਨੇ ਇਸ ਲਈ ਕਾਂਗਰਸੀਆਂ ਦੇ ਨਜ਼ਰਾਂ ਇਸ ਵਕਤ ਹਾਈ ਕਮਾਂਡ ਤੇ ਟਿਕੀਆਂ ਨੇ ਤੇ ਉਧਰ ਨਵੀਂ ਸਿੱਟ ਦੇ ਵੱਲੋਂ ਵੀ ਜਾਂਚ ਤੇਜ਼ ਕਰ ਦਿੱਤੀ ਗਈ ਹੈ ਕਿਉਂਕਿ ਸਰਕਾਰ ਅਤੇ ਇਹਨਾਂ ਦੀ ਆਪਣੀ ਪਾਰਟੀ ਦੇ ਅੰਦਰ ਜਿਹੜੀਆਂ ਨਾਰਾਜ਼ਗੀਆਂ ਨੇ ਉਹ ਸਥਿਤੀ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਪੈਦਾ ਹੋਈਆਂ ਕੋਰਟ ਪੂਰਾ ਗੋਲੀਕਾਂਡ ਦੇ ਮੁੱਦੇ ਨੂੰ ਲੈ ਕੇ ਸੈੱਟ ਬਣਾ ਦਿੱਤੀ ਗਈ ਹੈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਤਾ ਲੱਗ ਰਿਹਾ ਕਿ ਕਪਟਨ ਅਮਰਿੰਦਰ ਸਿੰਘ ਆਪਣੀ ਸਿਆਸੀ ਸੂਝ-ਬੂਝ ਨਾਲ ਸਥਿਤੀ ਨੂੰ ਕਾਬੂ ਕਰਨਾ ਚਾਹੁੰਦੇ ਆ ਕਾਫੀ ਹੱਦ ਤੱਕ ਉਹਨਾਂ ਨੇ ਸਥਿਤੀ ਠੰਡੀ ਕਰ ਲਈ ਹੈ ਪਰ ਇਹ ਇਨ ਬੈਨ ਇਸੇ ਤਰ੍ਹਾਂ ਸਥਿਤੀ ਰਹੇ ਇਹ ਸੰਭਾਵਨਾ ਨਹੀਂ ਕੀਤੀ ਜਾ ਸਕਦੀ ਇਸੇ ਤਰ੍ਹਾਂ ਕੱਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਕੈਬਨਿਟ ਮੀਟਿੰਗ ਚੱਲ ਰਹੀ ਸੀ ਕੈਬਨਿਟ ਮੀਟਿੰਗ ਦੇ ਵਿੱਚੋਂ ਉੱਠ ਕੇ ਚਲੇ ਗਏ ਸਨ ਅਰਣਾ ਚੌਧਰੀ ਅਰਣਾ ਚੌਧਰੀ ਨੇ ਵੀ ਅੱਜ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਹੈ ਉਹਨਾਂ ਨੇ ਆਖਿਆ ਕਿ ਮੈਨੂੰ ਕਪਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਪੂਰਨ ਭਰੋਸਾ ਹੈ ਉਹ ਕਦੇ ਮੁੱਖ ਮੰਤਰੀ ਕਪਨ ਅਮਰਿੰਦਰ ਸਿੰਘ ਦੇ ਨਾਲ ਕੱਲ ਵੀ ਖੜੇ ਸੀ ਤੇ ਅੱਜ ਵੀ ਖੜੇ ਹੈ ਜਦੋਂ ਉਹਨਾਂ ਨੂੰ ਪੁੱਛਿਆ ਕਿ ਫਿਰ ਮੀਟਿੰਗਾਂ ਕਿਉਂ ਕਰਦੇ ਫਿਰਦੇ ਸੀ ਉਹ ਕਹਿੰਦੇ ਜਿਹੜੀ ਅਸੀਂ ਮੀਟਿੰਗ ਕੀਤੀ ਹੈ ਉਹ ਦਲਤਾਂ ਦੇ ਮਾਮਲੇ ਨੂੰ ਲੈ ਕੇ ਕੀਤੀ ਸੀ ਮੀਟਿੰਗ ਜ਼ਰੂਰ ਕੀਤੀ ਹੈ ਅਸੀਂ ਨਵਜੋਤ ਸਿੰਘ ਸਿੱਧੂ ਦੀ ਕਿਸੇ ਸਰਗਰਮੀ ਦੇ ਨਾਲ ਉਸ ਮੀਟਿੰਗ ਦਾ ਨਾ ਸਬੰਧ ਸੀ ਨਾ ਅਸੀਂ ਸਬੰਧ ਰੱਖਦੇ ਹਾਂ ਫਿਰ ਪੁੱਛਿਆ ਗਿਆ ਕਿ ਤੁਸੀਂ ਤਾਂ ਕੱਲ ਦੀ ਕੈਬਨਿਟ ਮੀਟਿੰਗ ਵੀ ਵਿਚਾਰ ਛੱਡ ਕੇ ਗਏ ਸੀ ਫਿਰ ਤੁਹਾਡੀ ਨਿਰਾਸ਼ਗੀ ਲੱਗ ਰਹੀ ਸੀ ਉਹ ਕਹਿੰਦੇ ਨਹੀਂ ਉਹ ਮੇਰੇ ਵਿਭਾਗ ਦੀ ਕਹਿੰਦੇ ਇੱਕ ਅਹਿਮ ਮੀਟਿੰਗ ਸੀ ਉਹਦੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਤਾ ਸੀ ਇੰਨਾ ਸਭ ਹੋਣ ਦੇ ਬਾਵਜੂਦ ਕਿ ਇੱਕ ਪਾਸੇ ਲਗਾਤਾਰ ਰਿਪੋਰਟ ਹਾਈ ਕਮਾਂਡ ਜਾ ਰਹੀ ਹੈ ਇੱਕ ਪਾਸੇ ਰੋਜ਼ਾਨਾ ਵਿਧਾਇਕ ਅਤੇ ਕੁਝ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵੱਡੀ ਕਾਰਵਾਈ ਕਰਨ ਦੀ ਮੰਗ ਕਰਦੇ ਐ ਲੱਗਦਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਖੁੰਡਾ ਕਰ ਲੈਣਗੇ ਨਵਜੋਤ ਸਿੰਘ ਸਿੱਧੂ ਡਰ ਜਾਏਗਾ ਪਰ ਨਹੀਂ ਉ ਢੱਲੇ ਪੈਂਦੇ ਨਹੀਂ ਉਹ ਢਹਿਲੇ ਪੈਂਦੇ ਨਜ਼ਰ ਨਹੀਂ ਆ ਰਹੇ ਫਿਰ ਟਵੀਟ ਦੇ ਉੱਤੇ ਉਹਨਾਂ ਨੇ ਆਪਣੀ ਜੰਗ ਜਾਰੀ ਰੱਖੀ ਐ ਬੇਅਦਬੀ ਤੇ ਗੋਲੀ ਕੰਢ ਦੇ ਦੋਸ਼ੀਆਂ ਦੇ ਖਿਲਾਫ ਉਹ ਕਾਰਵਾਈ ਦੀ ਮੰਗ ਉਸੇ ਤਰੀਕੇ ਕਰ ਰਿਹਾ ਆਪਣੀ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਤੇ ਲਗਾਤਾਰ ਉਸੇ ਤਰ੍ਹਾਂ ਅੱਜ ਵੀ ਬਰੇ ਐ ਜਾਂ ਇਹ ਆਖੀਏ ਕਿ ਲੱਗਦਾ ਕਿ ਨਿਸ਼ਾਨੇ ਖਿੱਚ ਖਿੱਚ ਕੇ ਸਿੰਨ ਸਿੰਨ ਕੇ ਕਪਟਨ ਤੇ ਮਾਰ ਰਿਹਾ ਹੈ ਸਿੱਧੂ ਨੇ ਇੱਕ ਵਾਰ ਫੇਰ ਟਵੀਟ ਕਰਕੇ ਆਪਣੀ ਸਰਕਾਰ ਤੋਂ ਪੁੱਛਿਆ ਹੈ ਕਿ 6 ਵਰੇ ਬੀਤ ਜਾਣ ਦੇ ਬਾਵਜੂਦ ਅਸੀਂ ਸਿੱਟ ਦੀ ਹੋਰ ਜਾਂਚ ਦਾ ਇੰਤਜ਼ਾਰ ਕਿਉਂ ਕਰ ਰਹੇ ਹਾਂ ਜਦ ਕਿ ਇਨਸਾਫ ਲੈਣ ਲਈ ਪੂਖਤਾ ਸਬੂਤ ਸਾਡੇ ਕੋਲ ਮੌਜੂਦ ਨੇ ਉਹਨਾਂ ਆਖਿਆ ਕਿ ਮੁੱਖ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਦਾ ਕਿਉਂ ਪੁੱਛ ਪੜਤਾਲ ਨਹੀਂ ਉਹਨਾਂ ਤੋਂ ਕੀਤੀ ਜਾਂਦੀ ਉਹ ਕਹਿੰਦੇ ਪੁਲਿਸ ਸਹੀ ਢਈ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਸਕਦੇ ਜਿੰਨੇ ਸਬੂਤ ਉਹਨਾਂ ਦੇ ਕੋਲ ਪਏ ਐ ਉਹਨਾਂ ਪੀਪੀਸੀਸੀ ਪ੍ਰਧਾਨ ਸਮੇਤ ਸੀਨੀਅਰ ਕਾਂਗਰਸ ਆਗੂਆਂ ਦੇ ਨਾਲ ਗੋਲੀ ਕਾਂਡ ਤੇ ਬੇਅਦਬੀ ਕਾਂਡ ਦੇ ਨਾਲ ਸਬੰਧਤ ਪੀੜਤਾ ਦੇ ਘਰ ਵਿੱਚ ਕੀਤੇ ਦੌਰੇ ਦੀ ਅੱਜ ਆਪਣੀ ਇੱਕ ਟਵੀਟ ਕੀਤੀ ਵੀਡੀਓ ਫੇਸਬੁੱਕ ਤੇ ਵੀ ਆਪਣੇ ਤੇ ਉਹਨਾਂ ਨੇ ਸਾਂਝੀ ਕੀਤੀ ਉਹ ਵੀਡੀਓ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਾਂਚ ਕਮਿਸ਼ਨ ਕੋਲ ਡੀਜੀਪੀ ਸੈਣੀ ਨੇ ਬਿਆਨ ਦਿੱਤਾ ਸੀ ਕਿ ਉਹਨਾਂ ਨੂੰ ਰਾਤ ਦੇ 2 ਵਜੇ ਫੋਨ ਆਇਆ ਸਿੱਧੂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਫੋਨ ਤੇ ਮਨਤਾਰ ਬਰਾੜ ਨਾਲ ਡੀਜੀਪੀ ਨਾਲ ਗੱਲਬਾਤ ਕੀਤੀ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਗगन ਬਰਾੜ ਦੇ ਫੋਨ ਤੋਂ ਮਨਤਾਰ ਬਰਾੜ ਨਾਲ ਗੱਲ ਕੀਤੀ ਅਤੇ ਗੱਲ ਕਰਕੇ ਕਿਹਾ ਕਿ ਡੀਜੀਪੀ ਗੱਲ ਕਰੇ ਤੇ ਡੀਜੀਪੀ ਨੇ ਕਿਹਾ ਕਿ ਉਹ 2 ਘੰਟਿਆਂ ਦੇ ਵਿੱਚ ਆ ਸਾਰਾ ਮੋਰਚਾ ਜਿਹੜਾ ਲਾਈ ਬੈਠੇ ਐ ਖਾਲੀ ਕਰਵਾ ਦਾਂਗੇ ਆਰਡਰ ਤਾਂ ਕਰੋ ਫਿਰ ਆਰਡਰ ਕਹਿੰਦੇ ਹੋਈ ਹੋਣਗੇ ਜਿਹੜੇ 2 ਘੰਟਿਆਂ ਦੇ ਵਿੱਚ ਗੋਲੀ ਵੀ ਚੱਲ ਗਈ ਨਵਜੋਤ ਨੇ ਇਹ ਵੀ ਕਿਹਾ ਕਿ ਜ਼ੁਰਾ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਪੁਲਸ ਨੇ ਬੈਠੀ ਸਿੱਖ ਸੰਗਤ 'ਤੇ ਗੋਲੀ ਚਲਾਈ। ਉਹਨਾਂ ਕਿਹਾ ਕਿ ਇਸ ਕਮਿਸ਼ਨ ਦੀ ਰਿਪੋਰਟ ਉਪਰੰਤ ਪ੍ਰਕਾਸ਼ ਸਿੰਘ ਬਾਦਲ 1 ਸਾਲ ਲਗਭਗ ਸੱਤਾ ਵਿੱਚ ਰਹੇ ਪਰ ਕਾਰਵਾਈ ਕੋਈ ਅਮਲ 'ਚ ਨਾ ਲਿਆਂਦੀ। ਆਪਣੇ ਵੀਡੀਓ ਕਲਿੱਪ ਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਆਪ ਨੂੰ ਅਕਾਲ ਤਖਤ ਤੋਂ ਵੀ ਉੱਪਰ ਸਮਝਦੇ ਐ। ਜਥੇਦਾਰਾਂ ਨੂੰ ਘਰ ਬੁਲਾ ਲੈਂਦੇ ਐ, ਰਾਮ ਨਿਹੀਵ ਨੂੰ ਮਾਫੀ ਕਹਿੰਦੇ ਨੇ ਦਿਓ। ਉਹ ਕਹਿੰਦੇ ਇਹਨਾਂ ਦੇ ਲਿਫਾਫਿਆਂ 'ਚੋਂ ਜਥੇਦਾਰ ਨਿਕਲਦੇ ਆ। ਉਹ ਕਹਿੰਦੇ ਜਿਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਾਇਆ ਹੋਵੇ ਉਹਨੂੰ ਇਹ ਮੁਆਫ ਕਰ ਦਿੰਦੇ ਆ। ਉਹਨਾਂ ਇਹ ਵੀ ਕਿਹਾ ਕਿ ਇਸੇ ਹੀ ਕਾਰਨ ਅਵਤਾਰ ਸਿੰਘ ਮੱਕੜ ਨੇ ਜਥੇਦਾਰ ਭੌਰ ਨੇ ਸੁਖਦੇਵ ਸਿੰਘ ਢੀਂਡਸਾਰੇ ਬਾਦਲਾਂ ਦੀ ਆਲੋਚਨਾ ਕੀਤੀ ਸੀ। ਉਹਨਾਂ ਬਾਦਲਾਂ ਨੂੰ ਸਿੱਖ ਪੰ ਦਾ ਦੋਸ਼ੀ ਕਰਦਾਨੇ ਆ ਅਤੇ ਕਿਹਾ ਕਿ ਸਿੱਖ ਕੌਮ ਬਾਦਲਾਂ ਨੂੰ ਕਦੇ ਮੁਆਫ ਨਹੀਂ ਕਰੇਗੀ। ਹੁਣ ਤੁਸੀਂ ਦੇਖੋ ਨਵਜੋਤ ਸਿੰਘ ਸਿੱਧੂ ਦੋ ਮੁੱਖ ਧਿਰਾਂ ਨੇ ਜਿਨ੍ਹਾਂ ਨੂੰ ਇਸ ਵਕਤ ਲਗਾਤਾਰ ਨਿਸ਼ਾਨੇ ਤੇ ਲੈ ਰਹੇ ਆ ਪਹਿਲਾਂ ਤਾਂ ਉਹ ਲੈਂਦੇ ਸੀ ਬਾਦਲਾਂ ਨੂੰ ਕਿਉਂਕਿ ਵਿਰੋਧੀ ਪਾਰਟੀ 'ਚ ਨਹੀਂ ਹੁਣ ਉਹ ਲੈਣ ਲੱਗ ਪਏ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੀ ਪਾਰਟੀ 'ਚ ਵੀ ਨਹੀਂ ਪਰ ਆਹ ਹੁਣ ਕੁਝ ਇੱਕ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਦੋਵੇਂ ਵੱਡੇ ਲੀਡਰਾਂ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਇੱਕ ਤਾਂ ਲੈ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਪਾਰਟੀ ਨੂੰ ਦੇ ਦੂਸਰੇ ਪਾਸੇ ਪ੍ਰਕਾਸ਼ ਸਿੰਘ ਤੇ ਸੁਖਵੀਰ ਸਿੰਘ ਬਾਦਲ ਨੂੰ ਤੇ ਉਹਨਾਂ ਦੀ ਪਾਰਟੀ ਨੂੰ ਸ਼ਰੋਮਣੀ ਅਕਾਲੀ ਦਲ ਨੂੰ ਹੁਣ ਤੁਸੀਂ ਦੇਖੋ ਕਿ ਬਣੇਗਾ ਕੀ ਹਾਈ ਕਮਾਂਡ ਨੂੰ ਲਿਖ ਕੇ ਦੇ ਦਿੱਤਾ ਗਿਆ ਕਿ ਵੱਡੀ ਕਾਰਵਾਈ ਕਰੋ ਵੱਡੀ ਕਾਰਵਾਈ ਦਾ ਮਤਲਬ ਕੀ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਤੋਂ ਬਾਹਰ ਦਾ ਰਸਤਾ ਦਿਖਾਓ ਹੁਣ ਕੀ ਸੋਨੀਆ ਗਾਂਧੀ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਇਹ ਚਾਹੁੰਦੇ ਐ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਪਰ ਆਪਣੇ ਆਪ ਦੇ ਵਿੱਚ ਗੱਲ ਹਰਾਨੀ ਜਨਕ ਹੈ ਜੇ ਪੰਜਾਬ ਕਾਂਗਰਸ ਨਵਜੋਤ ਸਿੱਧੂ ਨੂੰ ਆਪਣੀ ਪਾਰਟੀ ਵਿੱਚ ਰੱਖਣਾ ਨਹੀਂ ਚਾਹੁੰਦੀ ਤਾਂ ਪਾਰਟੀ ਹਾਈ ਕਮਾਂਡ ਕੀ ਦੇਖ ਰਹੀ ਹੈ ਕੀ ਪਾਰਟੀ ਹਾਈ ਕਮਾਂਡ ਦੋਵਾਂ ਲੀਡਰਾਂ ਨੂੰ ਗਵਾਉਣਾ ਨਹੀਂ ਚਾਹੁੰਦੀ ਜਾਂ ਮੈਂ ਦੂਸਰੇ ਸ਼ਬਦਾਂ ਵਿੱਚ ਇਹ ਆਖ ਸਕਦਾ ਹਾਂ ਕਿ ਪਾਰਟੀ ਪੰਜਾਬ ਨੂੰ ਆਪਣੇ ਹੱਥਾਂ ਵਿੱਚੋਂ ਰੇਤੇ ਵਾਂਗ ਕਿਰਦਾ ਨਹੀਂ ਦੇਖਣਾ ਚਾਹੁੰਦੀ ਕਿਉਂਕਿ ਲਗਭਗ ਬਹੁਤੇ ਸੂਬਿਆਂ ਦੇ ਵਿੱਚੋਂ ਕਾਂਗਰਸ ਦਾ ਬਿਸਤਰਾ ਗੋਲ ਹੋ ਸਕਦਾ ਫੰਡਿੰਗ ਫੰਡ ਕੋਈ ਬਾਵਾ ਜਾਂਦੀ ਹੋਵੇ ਸਰਕਾਰ ਆਪਣੀ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਕੱਲ ਤੁਹਾਨੂੰ ਦੱਸਿਆ ਸੀ ਕਿ ਥਾਪੜਾ ਦੇ ਦਿੱਤਾ ਕਿ ਮੈਨੂੰ ਸ਼ਾਂਤੀ ਚਾਹੀਦੀ ਹੈ ਜਿਵੇਂ ਮਰਜ਼ੀ ਕਰੋ ਕੈਪਟਨ ਅਮਰਿੰਦਰ ਸਿੰਘ ਨੇ ਪਾਲਿਸੀ ਵਰਤੀ ਕਿ ਮੈਂ ਕੈਬਨਟ ਵਿੱਚ ਤਬਦੀਲੀ ਕਰਨੀ ਹੈ ਫੇਰ ਬਦਲ ਕਰਨਾ ਕੁਝ ਨਵੇਂ ਚਿਹਰੇ ਲਿਆਉਣੇ ਨੇ ਜਿਹੜੇ ਬਾਗੀ ਹੋਏ ਫਿਰਦੇ ਸੀ ਇਸ ਕਰਕੇ ਆਗੇ ਕੈਪਟਨ ਕੋਲ ਖਬਰ ਆ ਝੰਡੀ ਮਿਲ ਜੇ ਕੁਝ ਇਸ ਕਰਕੇ ਚੁੱਪ ਕਰ ਗਏ ਜਿਹੜੇ ਮੰਤਰੀ ਸੀ ਜੇ ਨਾਰਾਜ਼ਗੀ ਦਿੱਤੀ ਤੇ ਝੰਡੀ ਖੋਹ ਨਾ ਲਵੇ ਉਹਨੇ ਤਾਂ ਆਪਣੀ ਡਿਪਲੋਮੇਸੀ ਲਈ ਵਰਤਾ ਪਰ ਨਵਜੋਤ ਹਲੇ ਟਲਿਆ ਨਹੀਂ ਜੰਗ ਜਾਰੀਆ ਟਵੀਟ ਦੇ ਉੱਤੇ ਪਰ ਦੇਖਣਾ ਪਵੇਗਾ ਕਿ ਸੱਚਮੁੱਚ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਹਾਈ ਕਮਾਂਡ ਦਿਖਾਉਂਦੀ ਹੈ ਜਾਂ ਰੁੱਸੇ ਨੂੰ ਮਨਾਉਂਦੀ ਹੈ। ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਦਿੱਲੀ ਮੋਰਚੇ ਦੇ ਨਾਲ ਸੰਬੰਧਿਤ ਖਬਰ ਹੈ। ਕੇਂਦਰ ਸਰਕਾਰ ਨੇ ਬਣਾਏ ਤਿੰਨ ਖੇਤੀ ਕਾਨੂੰਨ ਬਣਾਏ ਉਦੋਂ ਜਦੋਂ ਕੋਵਿਡ ਚੱਲ ਰਿਹਾ ਸੀ। ਹੁਣ ਕੋਵਿਡ ਦਾ ਬਹਾਨਾ ਲਾ ਕੇ ਕਹਿੰਦੇ ਨੇ ਕਿ ਇਹ ਬੰਦ ਕਰਕੇ ਘਰਾਂ ਨੂੰ ਚਲੇ ਜਾਓ। ਜੇ ਦੁਬਾਰਾ ਤੁਸੀਂ ਧਰਨਾ ਜਾਰੀ ਰੱਖਣਾ ਕੋਵਿਡ ਠੀਕ ਹੋ ਗਿਆ ਮਹਾਮਾਰੀ ਠੀਕ ਹੋ ਗਈ ਤੇ ਦੁਬਾਰਾ ਆ ਜਿਓ ਭਲਾਈ ਹੋ ਸਕਦਾ ਕਦੇ ਮਰ ਚੜੀਏ ਤੇ ਕਦੇ ਜੀ ਚੜੀਏ ਹੋ ਸਕਦਾ ਹੁਣ ਖੇਤੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਸੰਘਰਸ਼ ਜਾਰੀ ਆ 25 ਤਰੀਕ ਨੂੰ 6 ਮਹੀਨੇ ਦਾ ਸਮਾਂ ਹੋ ਜਾਏਗਾ ਹਰ ਰੋਜ਼ ਖਬਰ ਆਉਂਦੀ ਹੈ ਕਿ ਕਿਸ ਨੂੰ ਕਿਸੇ ਕਿਸਾਨ ਨੇ ਸ਼ਹਾਦਤ ਦਾ ਜਾਪੀ ਲਿਆ ਅੱਜ ਇਸੇ ਤਰ੍ਹਾਂ ਦੀ ਇੱਕ ਖਬਰ ਹੋਰ ਮਿਲੀ ਹੈ ਮਿਲੀ ਖਬਰ ਦੇ ਮੁਤਾਬਕ ਦਰਸ਼ਨ ਸਿੰਘ ਪਿੰਡ ਸ਼ੇਰ ਸਿੰਘ ਵਾਲਾ ਇਹ ਕੇਂਦਰ ਦੇ ਕਾਨੂੰਨਾਂ ਦੇ ਖਿਲਾਫ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਖਿਲਾਫ ਦਿੱਲੀ ਮੋਰਚੇ ਤੇ ਡਟੇ ਹੋਏ ਸੀ ਅਤੇ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਪਿੰਡ ਦੀ ਅਗਵਾਈ ਦੇ ਹੇਠ 7 ਮਈ ਨੂੰ ਦਿੱਲੀ ਟਿਕਰੀ ਸਰਹੱਦ ਤੇ ਗਏ ਸੀ ਟਿਕਰੀ ਸਰਹੱਦ ਤੇ ਪਹੁੰਚਣ ਤੋਂ ਬਾਅਦ ਉੱਥੇ ਉਹਨਾਂ ਨੂੰ ਪਸ਼ਾਬ ਵਿੱਚ ਤਕਲੀਫ ਆਈ ਤੇ ਤਿੰਨ ਦਿਨਾਂ ਤੋਂ ਬਾਅਦ 10 ਮਈ ਨੂੰ ਉਹ ਵਾਪਸ ਪਿੰਡ ਆ ਗਏ ਪਿੰਡ ਆ ਕੇ ਦਵਾਈ ਬੂਟੀ ਲੈਣ ਲੱਗੇ ਕੁਝ ਠੀਕ ਵੀ ਹੋ ਗਏ ਪਰ ਆ ਜਿਹੜੀ 14 ਮਈ ਦੀ ਰਾਤ ਲੰਗੀ ਹੈ ਦੁਬਾਰਾ ਫੇਰ ਦਰਦ ਹੋਇਆ ਤਕਲੀਫ ਛਾਤੀ ਵਿੱਚ ਵਧੀ ਅਤੇ ਉਹਨਾਂ ਦੀ ਮੌਤ ਹੋ ਗਈ ਉਹ ਆਪਣੇ ਪਿੱਛੇ ਦੋ ਧੀਆਂ ਤੇ ਦੋ ਪੁੱਤ ਅਤੇ ਆਪਣੀ ਪਤਨੀ ਨੂੰ ਛੱਡ ਗਿਆ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਨੇ ਦਰਸ਼ਨ ਸਿੰਘ ਦੀ ਮੌਤ ਤੇ ਜਿੱਥੇ ਅਫਸੋਸ ਪ੍ਰਗਟਾਇਆ ਉੱਥੇ ਉਹਨਾਂ ਨੇ ਸਰਕਾਰ ਤੋਂ ਮੰਗ ਵੀ ਕੀਤੀ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਪਰ ਮੁਆਵਜ਼ੇ ਕਿੰਨੀ ਦੇਰ ਮੰਗੀ ਜਾਣਗੇ ਚੰਗਾ ਹੋਵੇ ਕਿ ਸਰਕਾਰ ਕਾਨੂੰਨ ਰੱਦ ਕਰੇ ਇੱਕ ਪਾਸੇ ਜੇ ਲੱਗਦਾ ਕਿ ਮਹਾਮਾਰੀ ਆ ਗਿਆ ਹੁਣ ਤਾਂ ਇੰਡੀਆ ਦੀਆਂ ਵੱਡੀਆਂ 12 ਸਿਆਸੀ ਪਾਰਟੀਆਂ ਨੇ ਤੇ ਉਹਨਾਂ ਦੇ ਆਗੂਆਂ ਨੇ ਕੇਂਦਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਲਿਖ ਕੇ ਵੀ ਦੇ ਦਿੱਤਾ ਹੈ ਕਿ ਨੌ ਸੁਝਾਅ ਦਿੱਤੇ ਨੇ ਉਹਨਾਂ ਚੋਂ ਇੱਕ ਕਾਨੂੰਨ ਰੱਦ ਕਰਨ ਦਾ ਅਤੇ ਕਿਸਾਨਾਂ ਨੂੰ ਘਰ ਵਾਪਸ ਭੇਜਣ ਦਾ ਵੀ ਹੈ ਪਰ ਤਾਂ ਜੇ ਕਾਨੂੰਨ ਰੱਦ ਕੀਤੇ ਜਾਣ ਸੋ ਦੋਸਤੋ ਇਹ ਸੀ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇ ਸੱਚਮੁੱਚ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਕਿਸੇ ਵੀ ਖਬਰ ਨੂੰ ਆਧਾਰ ਬਣਾ ਕੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਕਰ ਸਕਦੇ ਹੋ ਤੁਹਾਡੇ ਧੰਨਵਾਦੀ ਹੋਵਾਂਗੇ ਤੇ ਜਾਣ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ